ਹਾਂ ਬੈਠੇ, ਇੱਧਰ ਆ ਕੇ ਬੈਠ ਗਏ। ਉਹੀ ਬੈਠ ਗਿਆ। ਅੱਛਾ, ਤੁਹਾਡੇ ਨਾਲ ਗੱਲ ਕਰਨੀ ਸੀ ਇੱਕ। ਹਾਂ ਦੱਸ ਕੀ ਗੱਲ ਕਰਨੀ ਹੈ। ਤੁਸੀਂ ਤੇ ਕੁਲਦੀਪ ਲੜੇ ਤਾਂ ਨਹੀਂ ਹੈਗੇ ਖੇਤ? ਨਹੀਂ, ਕਿਉਂ ਲੜਨਾ ਕਾਹਤੋਂ? ਜਾਂ ਕਿਸੇ ਨਾਲ ਲੜੇ ਹੋ ਤੁਸੀਂ? ਨਹੀਂ, ਕਿਉਂ ਕੀ ਗੱਲ ਹੋ ਗਈ ਦੱਸ। ਕਿੰਨੇ ਦਿਨ ਹੋ ਗਏ ਸਾਨੂੰ ਦੇਖਦਿਆਂ ਨੂੰ, ਤੁਸੀਂ ਦੋਨੇ ਭਰਾ ਅੱਡ ਅੱਡ ਜੇ ਕਾਹਤੋਂ ਰਹਿੰਦੇ ਹੋ? ਅੱਗੇ ਤੱਕ ਤੁਸੀਂ ਤਾਂ ਖੈੜੇ ਹੀ ਨਹੀਂ ਛੱਡਦੇ ਸੀਗੇ, ਹੁਣ ਇੱਕ ਦੂਜੇ ਕੋਲ ਵੀ ਨਹੀਂ ਖੜਦੇ। ਕੁਛ ਨਹੀਂ, ਹੋਣਾ ਤਾਂ ਕੀ ਆ। ਗੱਲ ਤਾਂ ਕੋਈ ਹੋਈ ਆ, ਐ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਦੋਨੇ ਭਰਾ ਅੱਡ ਅੱਡ ਹੋ ਜਾਓ ਐਵੇਂ। ਓਏ ਅੱਡ ਕਿੱਥੇ ਆ, ਇਕੱਠੇ ਤਾਂ ਹੈਗੇ ਆ। ਕੀ ਹੋਇਆ ਤੈਨੂੰ? ਐਵੇਂ ਇਕੱਠੇ ਨਹੀਂ ਹੈਗੇ ਨਾ ਜਿਵੇਂ ਪਹਿਲਾਂ ਇਕੱਠੇ ਸੀ, ਇਕੱਠੇ ਬਹਿ ਕੇ ਰੋਟੀ ਖਾਂਦੇ ਸੀ, ਇੱਕ ਦੂਜੇ ਨੂੰ ਪੁੱਛ ਗੱਲ ਕਰਦੇ ਸੀ, ਹੁਣ ਕਿਸੇ ਤੱਕ ਤੁਹਾਨੂੰ ਕੋਈ ਮਤਲਬ ਹੀ ਨਹੀਂ। ਤੁਸੀਂ ਅੱਡ ਰੋਟੀ ਖਾਂਦੇ ਹੋ, ਅੱਡ ਰੋਟੀ ਖਾਂਦਾ ਹੈ, ਨਾ ਤਾਂ ਉਹ ਤੁਹਾਨੂੰ ਬੁਲਾਉਂਦਾ ਨਾ ਤੁਸੀਂ ਉਹਨੂੰ ਬੁਲਾਉਂਦੇ ਹੋ। ਜੇ ਰੋਟੀ ਅੱਡ ਕਰ ਲਈ ਤਾਂ ਮਤਲਬ ਆਏ ਤਾਂ ਨਹੀਂ ਗਾ ਵੀ ਅਸੀਂ ਲੜ ਪਏ। ਤੇ ਲੜਨ ਵਾਲਾ ਕੰਮ ਹੀ ਆ, ਦੋ ਚਾਰ ਦਿਨ ਲੜ ਪੋਗੇ। ਓਏ ਜਵਾਕ ਥੋੜੀ ਆ ਅਸੀਂ, ਜਦੋਂ ਇਕੱਠੇ ਰੋਟੀ ਖਾਈਏ ਬਸ। ਬਹੁਤ ਅੱਛਾ, ਜਦੋਂ ਪਹਿਲਾਂ ਜਵਾਕ ਸੀਗੇ ਜਦੋਂ ਪਹਿਲਾਂ ਇਕੱਠੇ ਖਾਂਦੇ ਸੀ ਰੋਟੀ। ਫਿਰ ਕੀ ਹੋ ਗਿਆ, ਕਿੱਡੀ ਗੱਲ ਹੈ ਇਹ। ਮੈਂ ਗੱਲ ਕਰਾਂ ਕੁਲਦੀਪ ਤਾਂ ਜੇ ਫਿਰ ਵੀ ਠੀਕ ਹੈ, ਹੈ ਤੁਸੀਂ ਬਾਹਲਾ ਕਰੀ ਜਾਂਦੇ ਹੋ, ਫਿਰ ਉਹਨੂੰ ਗੁੱਸਾ ਆ ਗਿਆ ਜਵਾਕ ਨੂੰ ਫਿਰ। ਕੋਈ ਗੱਲ ਨਹੀਂ, ਜਵਾਕ ਨਹੀਂ ਹੈਗਾ ਉਹ ਤਾਂ ਬਹੁਤ ਵੱਡਾ ਹੋ ਗਿਆ, ਮੈਥੋਂ ਹੀ ਵੱਡਾ ਹੋ ਗਿਆ ਹੁਣ। ਕਿਉਂ ਇਹੋ ਜਿਹਾ ਕੀ ਕਹਿਤਾ ਉਹਨੇ, ਕੀ ਕਰਤਾ? ਕੁਛ ਨਹੀਂ ਕਿਹਾ, ਤੂੰ ਕੀ ਲੈਣਾ? ਕਿਉਂ ਆਪਣੇ ਘਰ ਦਾ ਮਾਮਲਾ, ਅਸੀਂ ਕਿਉਂ ਨਹੀਂ ਲੈਣਾ? ਇਸ ਗੱਲ ਦਾ ਅਸਰ ਸਾਡੇ ਤੇ ਵੀ ਪਊਗਾ, ਜਵਾਕਾਂ ਤੇ ਵੀ ਪਊਗਾ ਕੱਲ ਨੂੰ ਜਾ ਕੇ। ਨਹੀਂ ਪੈਣ ਦਿੰਦੇ ਜਵਾਕਾਂ ਤੇ ਅਸਰ, ਜਦੋਂ ਕਹੀ ਜਾਂਦਾ ਮੈਂ, ਅਸੀਂ ਕੋਈ ਗੂੰਗੇ ਕਮਲੇ ਤਾਂ ਹੈ ਨਹੀਂ ਕਿ ਸਾਰਾ ਕੁਝ ਪਤਾ ਮੈਨੂੰ, ਠੀਕ ਹੈ ਨਾ? ਨਾ ਕੁਲਦੀਪ ਨੇ ਕੁਝ ਕਹਿਦਾ ਤੁਹਾਨੂੰ? ਕਿਸੇ ਨੇ ਮੈਨੂੰ ਕੁਝ ਨਹੀਂ ਕਹਾ, ਮੈਨੂੰ ਕੌਣ ਕਹਿ ਦੂਗਾ ਕੁਝ? ਤੁਸੀਂ ਕਿਹੜਾ ਦੱਸਣੀ ਆ ਸੱਚ, ਤੁਸੀਂ ਦੱਸ ਦੇ ਗੱਲ ਦਾ ਪਤਾ ਨਹੀਂ ਕੀ ਆ। ਕੁਝ ਨਹੀਂ ਹੈਗਾ, ਜਾ ਤੂੰ ਆਪਦਾ ਕੰਮ ਕਰ ਲਾ। ਮੈਂ ਤਾਂ ਕਰ ਹੀ ਲੈਣਾ ਆਪਦਾ ਕੰਮ, ਤੁਸੀਂ ਕਰੀ ਜਾਓ ਜਿਹੜਾ ਕੁਝ ਕਰਨਾ। ਚਾਹ ਫੜਾ ਦੀ ਮੈਨੂੰ ਇੱਥੇ, ਚੰਗਾ? ਲੈ ਦੱਸ, ਮੈਂ ਕਰ ਦਾ ਅੰਦਰ ਲੱਭੀ ਜਾਂਦੀ ਆ, ਤੇ ਇੱਥੇ ਪਤਾ ਨਹੀਂ ਕਿਵੇਂ ਰੱਖਣਾ ਜਵਾਕਾਂ ਦੇ ਕੰਮ ਹੋਣਗੇ। ਦੀਦੀ ਹਾਂ ਕੀ ਕਰੀ ਜਾਂਦੇ ਹੋ? ਕੁਛ ਨਹੀਂ ਹੋ, ਮੈਂ ਤਾਂ ਸਬਜ਼ੀ ਚੀਰਦੀ ਸੀ, ਕਰਦ ਲੱਭੀ ਜਾਂਦੀ ਸੀ, ਕਰਦ ਜਵਾਕਾਂ ਨੇ ਇੱਥੇ ਰੱਖ ਛੱਡੀ ਆ। ਅੱਛਾ ਮੇਰੀ ਗੱਲ ਸੁਣੋ, ਤੁਸੀਂ ਬਾਈ ਨਾਲ ਗੱਲ ਕਰੀ ਸੀਗੀ? ਕੀਤੀ ਸੀਗੀ ਤੇਰੇ ਵੀਰੇ ਨਾਲ ਗੱਲ, ਉਹ ਤਾਂ ਕਿਸੇ ਗੱਲ ਤੇ ਨਹੀਂ ਆਏ, ਕੋਈ ਗੱਲ ਵੀ ਨਹੀਂ ਦੱਸੀ, ਕਿਸੇ ਰਾਹ ਪਾਏ ਨਹੀਂ ਉਹਨਾਂ ਨੇ ਮੈਨੂੰ। ਮੈਂ ਵੀ ਇਹਨਾਂ ਨਾਲ ਗੱਲ ਕਰੀ ਸੀ, ਮੈਨੂੰ ਵੀ ਨਹੀਂ ਕੋਈ ਗੱਲ ਦੱਸੀ, ਆਖੇ ਕਹਿੰਦੇ ਮੇਰੇ ਤਾਂ ਲੜਾਈ ਨਹੀਂ ਹੋਈ, ਵੀ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਆ ਵੀਰਾ। ਮੈਂ ਤੈਨੂੰ ਐਂ ਕਹਿੰਦੀ ਸੀ ਤੇ ਜੇ ਆਪਾਂ ਸੀਰੀ ਤਾਂ ਨਾ ਰਹਿੰਦਾ ਚਿੱਤੋ ਪੈਰ ਉਹਨਾਂ ਨਾਲ, ਹਨਾ, ਤੇ ਜੇ ਆਪਾਂ ਉਹਦੇ ਨਾਲ ਗੱਲ ਕਰ ਗਏ, ਉਹਨੂੰ ਕਿਸੇ ਗੱਲ ਦਾ ਤਾਂ ਪਤਾ ਹੀ ਹੋਊਗਾ, ਆਪਾਂ ਨੂੰ ਕੋਈ ਰਾਇ ਤਾਂ ਦੇਊਗਾ ਵੀ ਉਹਦੇ ਉਹਨਾਂ ਕੋਲ ਕੌਣ ਆਇਆ ਸੀ ਜਾਂ ਦੋਨੇ ਭਰਾ ਕਿਸ ਗੱਲ ਪਿੱਛੇ ਲੜੇ ਆ। ਦੀਦੀ ਉਹ ਤਾਂ ਬਾਲ ਹੈ, ਉਹਨੂੰ ਕਿੱਥੇ ਪਤਾ ਲੱਗਦਾ, ਉਹ ਤਾਂ ਉਹਨੂੰ ਤਾਂ ਆਪਣੀ ਮਸਤੀ ਚ ਘੁੰਮਦਾ ਰਹਿੰਦਾ ਉਹ। ਨੀਰ ਮਾੜਾ ਮੋਟਾ ਤਾਂ ਪਤਾ, ਉਹ ਏਡਾ ਵੀ ਕਮਲਾ ਨਹੀਂ ਹੈਗਾ, ਗੱਲਾਂ ਚ ਗੌਰ ਤਾਂ ਪੂਰੀਆਂ ਚ ਦਿੰਦਾ ਉਹ। ਗੱਲ ਤਾਂ ਤੁਹਾਡੀ ਠੀਕ ਹੈ, ਇੱਕ ਵਾਰੀ ਕਿਹਾ ਆਪਾਂ ਗੱਲ ਕਰਕੇ ਦੇਖ ਲੈਂਦੇ ਆ, ਕੋਈ ਮਾੜੀ ਮੋਟੀ ਵੀ ਗੱਲ ਪਤਾ ਲੱਗ ਜੇ ਨਾ ਤਾਂ ਆਪਾਂ ਬਹਿ ਕੇ ਉਹਨਾਂ ਨਾਲ ਗੱਲ ਕਰ ਲਈਏ। ਹੁਣ ਕੀ ਪਤਾ ਦੋਨੋਂ ਭਰਾਵਾਂ ਚ ਕੀ ਚੱਲੀ ਜਾਂਦਾ, ਕਿਹਦੇ ਕਰਕੇ ਚੱਲੀ ਜਾਂਦਾ, ਹਨਾ। ਗੱਲ ਤਾਂ ਉਹੀ ਹੈ, ਦੋਨਾਂ ਕਰਕੇ ਆਪਾਂ ਟੈਨਸ਼ਨ ਚ, ਮੰਮੀ ਦਾ ਦੇਖ ਲਓ ਬੀਪੀ ਘਟਿਆ ਪਿਆ ਕੱਲ ਦਾ। ਚਲ ਕੋਈ ਨਾ, ਆ ਜਾ ਵੇਹਨੇ ਮਲਾ, ਉਧਰ ਆ ਗਿਆ ਉਹ, ਦੇਖ ਟਰੈਕਟਰ ਲੈ ਕੇ ਆ ਜਾ। ਮਾਨ ਯਾਰ ਆਂਦਾ ਹੋ ਆ ਚੰਗੇ ਕਿ ਮੈਂ ਤਾਂ ਆਪ ਨੂੰ ਜਾਇਆ ਕਿਤ ਕੋਰੇ? ਹਾਂ ਭਾਬੀ ਜਾਇਆ ਸੀਗਾ, ਕਿਉਂ ਕੀ ਹੋ ਗਿਆ? ਨਾ ਹੋਣਾ ਤਾਂ ਕੀ ਆ ਉਹ ਗੁਰੇ, ਅਸੀਂ ਤੈਨੂੰ ਐ ਪੁੱਛਦੇ ਸੀਗੇ ਵੀ ਇਹਨਾਂ ਦੀ ਖੇਤ ਕ ਲੜਾਈ ਤਾਂ ਨਹੀਂ ਹੋਈ ਹੈਗੀ ਦੋਨੇ ਭਰਾ ਬੋਲ ਪਏ ਹੁਣ? ਨਾ ਚਾਚੀ, ਪਰ ਤੂੰ ਭਾਬੀ ਲੱਗਦੀ ਹੈ। ਹਾਂ ਭਾਬੀ ਭਾਬੀ, ਹਾਂ ਨਹੀਂ ਵੀ ਤੇਰੇ ਦਿਮਾਗ ਨੂੰ ਕੀ ਹੋਇਆ, ਕਦੇ ਚਾਚੀ ਬਣਾ ਦਿੰਦਾ ਕਦੇ ਭਾਬੀ ਬਣਾ ਦਿੰਦਾ। ਭਾਬੀ ਮੇਰੇ ਛੋਟੇ ਹੁੰਦੇ ਦੇ ਬਿਜੇ ਨਾਲ ਲੱਗ ਗਈ, ਮੈਂ ਡਿੱਗ ਪੈ ਗਿਆ ਟੋਬੇ ਤੇ। ਅੱਛਾ ਅੱਛਾ, ਫਿਰ ਮੈਂ ਦੱਸ ਵੀ ਪੱਕਾ ਕੋਈ ਗੱਲ ਨਹੀਂ ਹੋਈ ਹੈਗੀ ਆਪਸ ਚ, ਦੋਨੋਂ ਭਰਾ ਬੋਲਦੇ ਨਹੀਂ ਹੈਗੇ ਨਾ ਰੋਟੀ ਖਾਂਦੇ ਨੇ ਇੱਕੋ ਥਾਲ ਚ? ਮੇਰੇ ਸਾਹਮਣੇ ਤਾਂ ਚਾਚੀ ਹੋਇਆ ਨਹੀਂ ਸੀਗਾ। ਮੈਨੂੰ ਐਂ ਦੱਸ ਕੋਈ ਆਇਆ ਤਾਂ ਨਹੀਂ ਖੇਤ, ਜਾਂ ਕਿਸੇ ਨਾਲ ਲੜ ਪਏ ਹੁਣ? ਇਹ ਖੇਤ ਇੱਕ ਭਾਈ ਜਾ ਆਇਆ ਸੀਗਾ, ਉਹ ਮੈਨੂੰ ਜਾਣਦਾ ਨਹੀਂ, ਪਤਾ ਨਹੀਂ ਕਿਹੜਾ। ਕੋਈ ਲੜੇ ਸੀ ਉਹਨਾਂ ਨਾਲ? ਨਾ ਲੜੇ ਤਾਂ ਹੈ ਨਹੀਂ, ਉਹ ਗੱਲਾਂ ਬਾਤਾਂ ਜਿਹੀਆਂ ਕਰੀ ਜਾਂਦੇ ਸੀਗੇ ਕੋਈ ਚਾਚੀ। ਕਿਹੋ ਜਿਹਾ ਬੰਦਾ ਸੀਗਾ, ਕਦੇ ਉਹਨੂੰ ਦੇਖਿਆ ਸੀਗਾ? ਮੈਂ ਤਾਂ ਨਹੀਂ ਦੇਖਿਆ ਪਹਿਲਾਂ ਭਾਬੀ। ਇਹੋ ਜਿਹਾ ਕੌਣ? ਕਾਲਾ ਜਿਹਾ ਸੀ ਦੀਦੀ। ਅੱਛਾ
ਪੱਕਾ ਨੀ ਲੜੇ ਭਰਾ? ਨਹੀਂ ਲੜੇ। ਪਤਾ ਨੀ ਹੋ ਗਿਆ, ਪਤਾ ਨੀ ਗੋਰੇ ਕੀ ਹੋਇਆ ਦੋਨਾਂ ਜਾਣਿਆਂ ਨੂੰ, ਨਾ ਤਾਂ ਦੋਨੇ ਇੱਕ ਦੂਜੇ ਨਾਲ ਬੋਲਦੇ ਆ, ਹੈ ਪਾਸਾ ਵੱਟ ਕੇ ਲੰਘ ਜਾਂਦੇ ਇੱਕ ਦੂਜੇ ਕੋਲ ਦੀ। ਹੋਰ ਸਾਡਾ ਤਾਂ ਘਰ ਖਰਾਬ ਹੋਈ ਜਾਂਦਾ ਐਵੇਂ ਜਦੋਂ ਦੋਨੋਂ ਭਰਾ ਬੋਲਦੇ ਨੇ, ਇਧਰੋਂ ਸਾਡਾ ਵੀ ਮੂਡ ਜਿਹਾ ਅਪਸੈਟ ਹੋ ਜਾਂਦਾ। ਹੋਰ ਮੰਮੀ ਟੈਨਸ਼ਨ ਲਈ ਬੈਠੀ ਆ। ਉਹ ਕੋਈ ਨੀ ਭਾਬੀ, ਮੈਂ ਪੁੱਛ ਲੂੰਗਾ, ਮੈਂ ਦੱਸ ਦੂੰ ਤੁਹਾਨੂੰ ਪੁੱਛ ਕੇ। ਤੂੰ ਨਾ ਮੜੇ ਗੌਰ ਰੱਖਿਆ ਕਰ, ਤੂੰ ਹੁਣ ਖੇਤ ਜਾਏਂਗਾ ਨਾ, ਹੁਣ ਤੂੰ ਕੀ ਕਰਦਾ ਪਹਿਲਾਂ ਮੈਨੂੰ ਐਂ ਦੱਸ। ਮੈਂ ਤਾਂ ਹੁਣ ਲਾ ਕੇ ਆਇਆ ਗੋ ਆਇਆ, ਮੈਨੂੰ ਰੋਟੀ ਰੋਟੀ ਪਿਆ ਖਵਾ ਦੇ। ਹਾਂ ਰੋਟੀ ਤੈਨੂੰ ਖਵਾ ਦੇਣੇ, ਚਾਹ ਪਿਆ ਦੇਣੇ ਆ, ਤੂੰ ਹੁਣ ਇਹਨਾਂ ਦੇ ਨਾਲ ਨਾਲ ਹੀ ਰਹਿਣਾ ਤੇ ਵੇਖਣਾ ਵੀ ਕੀ ਗੱਲ ਹੁੰਦੀ ਹੈ, ਕਿੱਧਰ ਜਾਂਦੇ ਆ ਤੇ ਕਿਉਂ ਨੀ ਬੋਲਦੇ ਇੱਕ ਦੂਜੇ ਨਾਲ। ਨਾਲੇ ਉਹ ਬੰਦੇ ਦਾ ਨਾਮ ਨੀ ਪਤਾ ਕਿੱਥੋਂ ਆ, ਕੌਣ ਆ? ਨਹੀਂ ਭਾਬੀ ਪਤਾ ਨੀ, ਬਾਕੀ ਮੈਨੂੰ ਆਇਆ ਨਾ, ਮੈਨੂੰ ਨਾਲ ਲੈ ਕੇ ਨੀ ਜਾਂਦੇ, ਚਾਚਾ ਅੱਗੇ ਜਦੋਂ ਮੰਡੀ ਜਾਂਦੇ ਆ। ਚੱਲ ਮੰਡੀ ਤੇ ਖੇਤ ਤੇ ਜਾਂਦੇ ਨੇ ਤੇਰੇ ਨਾਲ, ਤੂੰ ਖੇਤ ਹੀ ਧਿਆਨ ਰੱਖਿਆ ਕਰ ਵੀ ਇਹਨਾਂ ਕੋਲ ਕੌਣ ਆਉਂਦਾ ਤੇ ਇਹਨਾਂ ਦੋਨੋਂ ਭਰਾਵਾਂ ਵਿੱਚ ਕੀ ਗੱਲ ਹੁੰਦੀ ਆ। ਖੇਤ ਤਾਂ ਦਾਰੂ ਪੀਣ ਲੱਗਿਆਂ ਦਾ ਜਾ ਕੇ ਮੈਨੂੰ ਕਿਹੜਾ ਬੁਲਾਉਂਦੇ ਆ ਕੋਲੇ, ਮੈਂ ਪਾਸੇ ਬੱਟਾਂ ਘੜੀ ਜਾਂਦਾ ਰਹਿਣਾ, ਕਿਤੇ ਕੱਖ ਵੱਡੀ। ਚੱਲ ਕੋਈ ਨਾ, ਤੂੰ ਨਾ ਲੁੱਕ ਕੇ ਧਿਆਨ ਰੱਖਿਆ ਕਰ, ਠੀਕ ਹੈ? ਜੇ ਆਸੇ ਪਾਸੇ ਤੈਨੂੰ ਨਹੀਂ ਆਉਣ ਦਿੰਦੇ ਹੈਗੇ, ਲੁੱਕ ਕੇ ਧਿਆਨ ਰੱਖਿਆ ਕਰ ਕੌਣ ਆਇਆ ਕੌਣ ਗਿਆ, ਸਾਨੂੰ ਸਾਰੀ ਖਬਰ ਚਾਹੀਦੀ ਆ। ਜੇ ਪਤਾ ਲੱਗ ਗਿਆ ਭਾਬੀ ਲੁਕੇ ਦਾ ਮੇਰਾ ਕੁੱਟਣਗੇ ਮੈਨੂੰ। ਓ ਕਮਲੇ, ਐ ਕਿਵੇਂ ਕੁੱਟਣਗੇ, ਤੂੰ ਕੰਮ ਕਰ, ਤੂੰ ਕਿਹੜਾ ਸ਼ੋਅ ਹੋਣ ਦੇਣਾ ਵੀ ਮੈਂ ਕੁਝ ਸੁਣ ਰਿਹਾ, ਬਸ ਤੂੰ ਆਪਣੇ ਦਿਮਾਗ 'ਚ ਗੱਲਾਂ ਕਰਕੇ ਸਾਨੂੰ ਘਰੇ ਆ ਕੇ ਦੱਸਣੀਆਂ, ਫਿਰ ਅਸੀਂ ਆਪ ਹੀ ਨਿਬੇੜਾਂਗਾ। ਹਾਂ ਚਾਚੀ ਮੈਨੂੰ ਡਰ ਲੱਗਦਾ, ਮੈਂ ਪਹਿਲਾਂ ਜਿਨ੍ਹਾਂ ਦੇ ਸੀਰੀ ਲੈ ਲਿਆ ਭਾਈ, ਉਹਨਾਂ ਨੂੰ ਮੈਂ ਲੁੱਕ ਕੇ ਦੇਣਾ ਸੀਗਾ, ਉਹਨਾਂ ਨੇ ਕੁੱਟਿਆ ਮੈਨੂੰ, ਉਹਨੂੰ ਵੀ ਲੰਘ ਜਾ ਮਾਰਨ ਲੱਗਾ ਮੈਂ। ਓਹੋ ਚੱਲ ਕੋਈ ਨਾ, ਤੂੰ ਕਿਹੜਾ ਧਿਆਨ ਨਾਲ ਗੱਲਾਂ ਸੁਣ ਲਿਆ ਕਰ, ਉਹਨਾਂ ਨੂੰ ਪਤਾ ਨੀ ਲੱਗਣਾ ਸੀ ਵੀ ਤੂੰ ਉਹਨਾਂ ਦੀ ਗੱਲਾਂ ਸੁਣ ਰਿਹਾ। ਅਸੀਂ ਨਾਲ ਅਸੀਂ ਨਹੀਂ ਕੁੱਟਣ ਦਿੰਦੇ ਤੈਨੂੰ, ਚੰਗਾ? ਕੋਈ ਹੋਰ ਗੱਲ ਤਾਂ ਨਹੀਂ ਹੋਈ ਤੁਹਾਡੇ 'ਚ, ਕੋਈ ਹੋਈ ਹੋਵੇ ਜਾਂ ਤਾਂ ਕਰਕੇ ਸਾਡੇ ਨਾਲ ਤਾਂ ਲੜੇ ਹੀ ਨੀ ਹੈਗੇ, ਸਾਨੂੰ ਤਾਂ ਗੱਲ ਹੀ ਦੱਸ ਦੇ ਵੀ ਗੱਲ ਕੀ ਹੈ। ਫੇਰ ਹੁਣ ਐ ਮੈਨੂੰ ਤਾਂ ਆਪ ਨੀ ਪਤਾ ਵੀ ਚਾਚੀ। ਚੱਲ ਕੋਈ ਨਾ ਕੋਈ, ਤੂੰ ਰੋਟੀ ਖਵਾਉਣੇ, ਚਾਹ ਪਿਆਉਣੇ, ਤੂੰ ਜਾ ਇੱਕ ਵਾਰੀ ਖੇਤ ਵੇਖ, ਚੰਗਾ? ਹਾਂ ਨਹੀਂ ਪਤਾ, ਨਹੀਂ ਉਹ ਕਿੱਧਰ ਗਏ ਹੁਣ, ਕਿੱਥੇ ਗਏ? ਮੈਂ ਜਰਦਾ ਜਿਹਾ ਮੰਗਾਇਆ ਸੀਗਾ ਨਾਲੇ ਉਹਨਾਂ ਤੋਂ, ਸਾਨੂੰ ਕਿਹੜਾ ਦੱਸ ਕੇ ਗਏ ਗੋਰੇ, ਸਾਨੂੰ ਨਹੀਂ ਪਤਾ। ਆਪੇ ਲੱਭ ਲੂ ਬੁਲਾ, ਅਸੀਂ ਰੋਟੀ ਲਿਆਉਣੇ ਤੇਰੇ ਵਾਸਤੇ, ਲੱਸੀ ਲਿਆਓ ਚਾਚੀ ਭਾਬੀ। ਚੰਗਾ ਚੰਗਾ, ਕੀ ਗੱਲ ਹੋਈ ਹੋਈ ਯਾਰ, ਸਮਝ ਚ ਨਹੀਂ ਆਉਂਦੀ ਗੱਲ, ਕੀ ਕਰਦੇ ਕੀ ਕਰਦੇ ਆ, ਹੈਂ? ਉਹੀ ਕੰਮ ਹੋ ਗਿਆ ਜਿਹੜਾ ਉਦਾਂ ਆਇਆ ਸੀ, ਮੈਨੂੰ ਲੱਗਦਾ ਲੈ ਢਿੰਗਲ ਜਿਹਾ ਉਹਨੇ ਪਵਾਤਾ ਕੋਈ ਪਵਾੜਾ, ਆਪਾਂ ਦੱਸਦੀ ਨਹੀਂ। ਹਾਂ ਭਾਈ ਦੱਸੋ ਮੁੰਡਿਓ ਕੀ ਗੱਲ ਹੈਗੀ? ਗੱਲ ਕੀ ਹੋਣੀ ਆ ਭੂਆ ਜੀ, ਤੁਹਾਨੂੰ ਕਿਹਨੇ ਕਹਿਤਾ ਕੁਛ? ਲੈ ਜੇ ਕੋਈ ਗੱਲ ਹੈ ਪੁੱਤ, ਮੈਂ ਫੇਰ ਹੀ ਆਈ ਹੈਗੀ, ਤੇਰੀ ਮਾਂ ਨੇ ਫੋਨ ਕੀਤਾ ਸੀ ਮੈਨੂੰ ਤਾਂ, ਉਹ ਕਹਿੰਦੀ ਭਾਈ ਆ ਕੇ ਦੋਨਾਂ ਭਰਾਵਾਂ ਨੂੰ ਬਿਠਾ ਕੇ ਗੱਲ ਕਰ ਲਾ, ਕਹਿੰਦੀ ਮੈਂ ਤਾਂ ਕਿਸੇ ਗੱਲ 'ਚ ਆਉਂਦੀ ਨਹੀਂ, ਤਾਂ ਹੀ ਤਾਂ ਉਹ ਵਿੱਚ ਨਹੀਂ ਆਈ। ਮੈਨੂੰ ਹੁਣ ਨਾ ਜਿਹੜੀ ਤੁਹਾਡੇ ਢਿੱਡ 'ਚ ਗੱਲ ਹੈਗੀ ਆ ਉਹ ਦੱਸ ਦਿਓ, ਲੁਕਾਉਣ ਦੀ ਕੋਈ ਲੋੜ ਨਹੀਂ ਗੀ। ਭੂਆ ਜੀ ਗੱਲ ਤਾਂ ਕੋਈ ਨਹੀਂ ਹੈਗੀ, ਤੁਹਾਨੂੰ ਕਿਵੇਂ ਮੰਮੀ ਨੇ ਗੱਲ ਦੱਸਤੀ, ਐਵੇਂ ਕਾਹਤੋਂ ਖਿੱਚ ਲੱਗੀ ਤੀ ਤੁਸੀਂ ਆਉਣ ਦੀ? ਲੈ ਮੰਮੀ ਨੇ ਗੱਲ ਦੱਸਤੀ ਮੈਨੂੰ, ਨਾ ਮੈਨੂੰ ਆਪ ਨੂੰ ਵੀ ਤੁਹਾਡੇ ਚਿਹਰੇ ਦਿਸੀ ਜਾਂਦੇ ਆ, ਮੈਂ ਤਾਂ ਤੁਹਾਡੀਆਂ ਆ ਕੇ ਸਲਾਹਤਾ ਕਰਦੀ ਸੀ ਤੁਹਾਡੀ ਰਾਜ ਦੀ ਉੱਥੇ, ਤੇ ਮੈਨੂੰ ਤੁਹਾਡੇ ਮੂੰਹ ਦੋਨਾਂ ਦੇ ਇੱਕ ਦਾ ਆਈ ਨੂੰ ਤੇ ਇੱਕ ਦਾ ਆਈ ਨੂੰ ਦਿਸੀ ਜਾਂਦਾ। ਉਹ ਭੂਆ ਜੀ ਤੁਹਾਨੂੰ ਵੀ ਵਹਿਮ ਹੋਇਆ ਪਿਆ ਹੈਗਾ, ਪਤਾ ਨਹੀਂ ਕਿਹੜੀਆਂ ਗੱਲਾਂ ਕੀ ਸੋਚੀ ਜਾਂਦੇ ਹੋ, ਸਾਡੇ ਤਾਂ ਕੋਈ ਚੱਤੇ 'ਚ ਹੈ ਨਹੀਂ ਗੱਲ। ਵਹਿਮ ਤਾਂ ਕੋਈ ਨਹੀਂ ਹੋਇਆ ਹੈਗਾ, ਪਹਿਲੇ ਤੁਸੀਂ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਤੇ ਅੱਜ ਵੱਖ ਵੱਖ ਰੋਟੀ ਖਾਂਦੇ ਹੋ ਤੁਸੀਂ, ਅੱਜ ਕੀ ਬੋਲਦੇ ਤੱਕ ਨਹੀਂ ਭੂਆ ਜੀ ਇਹ। ਭੂਆ ਜੀ ਗੱਲ ਤਾਂ ਪੱਕਾ ਕੋਈ ਹੈਗੀ ਐ, ਸਾਨੂੰ ਜਾਣ ਕੇ ਦੱਸ ਦੇ। ਭੂਆ ਐਵੇਂ ਇਹਨਾਂ ਨੇ ਰੋਟੀ ਦਾ ਮੁੱਦਾ ਬਣਾ ਰੱਖਿਆ ਵੀ ਰੋਟੀ ਇਕੱਠੇ ਖਾਣ ਨੂੰ ਅਸੀਂ ਜਵਾਕਾਂਗੇ। ਨਾ ਫਿਰ ਜੇ ਜਵਾ ਤੁਸੀਂ ਜਵਾਕ ਹੀ ਹੋ ਮਾਂ ਦੇ ਕੰਨੋਂ, ਤਾਂ ਮਾਂ ਤਾਂ ਤੁਹਾਨੂੰ ਜਵਾਕ ਹੀ ਮੰਨਦੀ ਐ, ਜੇ ਉਹਨੂੰ ਤੁਹਾਡੇ 'ਚ ਕੋਈ ਫਰਕ ਲੱਗਿਆ ਫੇਰ ਹੀ ਉਹਨੇ ਮੇਰੇ ਕੋਲ ਗੱਲ ਕੀਤੀ। ਉਹ ਬਸ ਜੀ ਐਵੇਂ ਤੁਸੀਂ ਮੁੱਦਾ ਬਣਾ ਲਿਆ ਰੋਟੀ ਨੂੰ, ਕੋਈ ਨੀ ਰੋਟੀ ਖਾਈ ਤਾਂ ਜਾਂਦੇ, ਰੋਟੀ ਛੱਡੀ ਤਾਂ ਹੈ ਨੀ, ਰੋਟੀ ਤਾਂ ਖਾਣੇ ਆ ਨਾ ਅਸੀਂ। ਮੇਰੀ ਗੱਲ ਖੇਤ ਇਕੱਠੇ ਵੀ ਨਹੀਂ ਜਾਂਦੇ, ਅੱਡੋ ਅੱਡ ਜਾਂਦੇ ਹੋ। ਖੇਤ ਜਾਂਦੇ ਤਾਂ ਹੈਗੇ ਆ ਨਾ, ਇੱਕੋ ਖੇਤ ਹੀ ਜਾਂਦੇ ਆ, ਚਾਹੇ ਫਿਰ ਕੀ ਹੋ ਗਿਆ, ਬੁਲਾਉਂਦੇ ਤਾਂ ਨਹੀਂ ਹੈਗੇ ਨਾ ਇੱਕ ਦੂਜੇ ਨੂੰ, ਬੁਲਾਉਂਦੇ ਕਿਉਂ ਨਹੀਂ ਜੇ ਚੰਗਾ ਭਲਾ ਬੁਲਾਉਣੇ ਆ? ਦੱਸ ਤੈਨੂੰ ਕਦੇ ਬੁਲਾਉਣਾ ਛੱਡਿਆ? ਬੁਲਾਉਣੇ ਆ ਨਾ, ਤੈਨੂੰ ਕੁਛ ਬੋਲਿਆ ਮੈਂ, ਤੇਰੇ ਨਾਲ ਲੜਿਆ ਮੈਂ, ਕੁੱਟਮਾਰ ਹੋਰ ਕਰੀਏ ਆਪਾਂ, ਫੇਰ ਬਸ ਨਾ, ਫਿਰ ਇੱਕ ਦੂਜੇ ਨਾਲ ਰੋਸੇ ਕਾਹਦੇ ਹੋਏ ਪਏ ਆ ਤੁਹਾਡੇ, ਜੇ ਕੋਈ ਗੱਲਬਾਤ ਹੀ ਹੈ ਨਹੀਂ ਤਾਂ। ਕੋਈ ਗੱਲ ਤਾਂ ਹੋਈ ਨਹੀਂ, ਤੁਹਾਨੂੰ ਦੱਸੀ ਤਾਂ ਜਾਂਦੇ, ਸਾਡੀ ਉਹੀ ਲੱਗਦਾ ਤੁਹਾਨੂੰ? ਸਾਨੂੰ ਉਹੀ ਨਹੀਂ ਲੱਗਦਾ ਪੁੱਤ, ਮਾਂ ਨਾ ਕਿ ਜਵਾਕ ਦਾ ਮੂੰਹ ਪੜ ਲੈਂਦੀ ਹੁੰਦੀ ਆ ਵੀ ਹੁਣ ਖੁਸ਼ ਆ ਤੇ ਊਂ ਦਾਸ ਹੈ। ਨਾਲੇ ਮੈਨੂੰ ਹੋਰ ਗੱਲ ਦੱਸੀ ਹੈ ਤੁਹਾਡੀ ਮਾਂ ਨੇ, ਉਹ ਕਹਿੰਦੀ ਵੀ ਕਾਲੇ ਦਾ ਫਿਰਕਾ ਹੋ ਗਿਆ ਹੁਣ ਸਾਡੇ ਘਰੇ। ਕਾਲੇ ਦਾ ਫਿਰਕਾ ਹੋ ਗਿਆ, ਉਹ ਤਾਂ ਖੇਤ ਆ ਗਿਆ, ਉਹਦੇ ਕੱਖ ਵੱਢੀ ਨਾ, ਅਸੀਂ ਆਖਿਆ ਕੋਈ ਸਾਧਨ ਸੱਪਾ ਲਿਆਉਣ ਦਾ, ਲੈ ਜਾਓ ਪਾਣੀ ਧਾਣੀ ਲਵਾਉਣ ਦਾ ਗੋਰੇ ਨਾਲ ਰੱਖੇ ਨਾ। ਜਦੋਂ ਭਾਈ ਤੁਹਾਡੀ ਮਾਂ ਸੋਨੂੰ ਰੋਕਦੀ ਹੈ
ਵੀ ਉਹ ਬੰਦੇ ਨਾਲ ਰਲਣਾ ਨੀ, ਉਹ ਬੰਦੇ ਨਾਲ ਆਪਣੀ ਬਣਦੀ ਨੀ, ਤੁਹਾਡਾ ਦੋਨਾਂ ਭਰਾਵਾਂ ਦਾ ਬੈਠਣ ਦਾ ਕੰਮ ਨੀ ਉਹਦੇ ਕੋਲੇ। ਉਹ ਭੂਆ ਜੀ ਮਾਂ ਥੋੜੀ ਜਾਂਦੀ ਆ ਸਾਡੇ ਨਾਲ ਖੇਤ, ਸਾਨੂੰ ਪਤਾ ਨਾ ਕਿਹੜੇ ਬੰਦੇ ਨਾਲ ਵਰਤਣਾ ਕਿਹੜੇ ਨਾਲ ਨਹੀਂ ਵਰਤਣਾ, ਕਿਹੜਾ ਕੰਮ ਆਊਗਾ। ਨਹੀਂ ਪੁੱਤ ਸੋਥੋਂ ਪਹਿਲਾਂ ਤਾਂ ਤੁਹਾਡੀ ਮਾਂ ਨੂੰ ਪਤਾ ਵੀ ਉਹ ਕਿਹੋ ਜਿਹੇ ਬੰਦੇ ਆ, ਉਹ ਬੰਦੇ ਹੈ ਹੀ ਨੀ ਕਿਸੇ ਕੰਮ ਦੇ, ਹੈ ਨੀ ਉਹ ਮੂੰਹ ਲਾਉਣ ਵਾਲਾ ਬੰਦਾ। ਚੱਲ ਕੋਈ ਗੱਲ ਨੀ ਭੂਆ, ਪਰ ਸਾਡੀ ਤਾਂ ਕੋਈ ਗੱਲਬਾਤ ਨਹੀਂ ਨਾ ਹੋਈ, ਐਵੇਂ ਪੰਚਾਇਤਾਂ ਬਿਠਾਏ ਦਾ ਫਾਇਦਾ ਕੀ ਹੈਗਾ। ਬੇਬੇ ਨੂੰ ਵੀ ਸਮਝਣਾ ਚਾਹੀਦਾ, ਇਹ ਵੀ ਮੈਨੂੰ ਦੂਜੇ ਦਿਨ ਪੁੱਛਣ ਲੱਗ ਜੂ ਵੀ ਕੀ ਗੱਲ ਹੋਈ, ਕੋਈ ਗੱਲਬਾਤ ਨਹੀਂ ਹੋਈ। ਨਾ ਮੇਰੀ ਗੱਲ ਸੁਣ ਮੁੰਡਿਆ, ਮੈਂ ਪੰਚਾਇਤ ਹੋ ਗਈ, ਮੈਂ ਤੁਹਾਡੀ ਆਪਦੀ ਤੁਹਾਡੀ ਭੂਆ ਗਈ, ਜੇ ਗੱਲ ਘਰੇ ਕਰਦੇ ਆ ਤਾਂ ਤਾਂ ਹੀ ਮੈਂ ਆਈ ਆ ਵੀ ਭਾਈ ਮੇਰੀ ਗੱਲ ਤੁਸੀਂ ਮੰਨ ਲੈਣੇ ਹੋ ਅੱਗੇ, ਜੇ ਤੁਹਾਨੂੰ ਕੋਈ ਇਸ ਗੱਲ ਦਾ ਐਂ ਲੱਗਦਾ ਵੀ ਭੂਆ ਕਿਉਂ ਆਈ ਆ ਤਾਂ ਮੈਨੂੰ ਦੱਸ ਦਿਓ। ਬੇਬੇ ਨੂੰ ਕੀ ਪਤਾ ਕੌਣ ਬੰਦਾ ਕੰਮ ਆਉਂਦਾ, ਕੌਣ ਦਿਲ ਚ ਕੀ ਲਈ ਫਿਰਦਾ, ਕੌਣ ਕੀ ਕਰਦਾ। ਕੱਲ ਦਾ ਬੀਪੀ ਲੋ ਹੋਇਆ ਪਿਆ, ਤੁਸੀਂ ਜਾ ਕੇ ਦੇਖੇ ਵੀ ਬਿਮਾਰ ਕਿੰਨੀ ਆ ਉਹ, ਤਾਂ ਹੀ ਤਾਂ ਤੁਹਾਡੇ ਮੂਹਰੇ ਨੀ ਆਉਂਦੀ ਹੈਗੀ ਵੀ ਮੈਨੂੰ ਕੋਈ ਗੱਲ ਨੀ ਦੱਸਦੇ ਹੈਗੇ। ਇਹ ਤਾਂ ਨੀ ਝੂਠ ਬੋਲਦੀਆਂ ਹੁਣ, ਉਹ ਗੱਲ ਤਾਂ ਸੁਣ ਲਓ, ਤਾਂ ਮੌਕੇ ਤੇ ਪਤਾ ਲੱਗਦਾ ਭੂਆ ਜੀ ਕੌਣ ਕਿਹਦੀਆਂ ਅੱਖਾਂ ਤੇ ਪੱਟੀ ਕੀ ਬੰਨੀ ਹੋਈ ਆ। ਚੱਲ ਕੋਈ ਗੱਲ ਨੀ ਭੂਆ, ਸਾਡੇ ਵਿੱਚ ਕੋਈ ਗੱਲਬਾਤ ਨੀ ਹੋਈ, ਠੀਕ ਆ। ਜੇ ਕੋਈ ਗੱਲਬਾਤ ਹੋਈ ਵੀ ਠੀਕ ਆ, ਉਸ ਮੌਕੇ ਤੇ ਤੈਨੂੰ ਦੱਸਾਂਗੇ, ਅਸੀਂ ਆਪ ਹੀ ਫੋਨ ਕਰਾਂਗੇ ਤੈਨੂੰ। ਮੇਰੀ ਗੱਲ ਸੁਣ ਲਓ, ਇੱਕ ਲੋਕ ਭਾਵਾਂ ਇੱਧਰਲਾ ਪਾਸਾ ਇੱਧਰ ਹੋ ਜੇ, ਤੁਸੀਂ ਦੋਨਾਂ ਭਰਾਵਾਂ ਨੇ ਜੁੜ ਕੇ ਰਹਿਣਾ, ਮੈਂ ਤੈਨੂੰ ਦੱਸਾਂ। ਆਪਾਂ ਇੱਥੋਂ ਤੱਕ ਨਾ ਇੱਕੇ ਨਾਲ ਹੀ ਆਏ ਹੋਏ ਆ, ਤੇ ਉਂਗਲਾਂ ਲਾਉਣ ਵਾਲੇ ਪੁੱਤ ਪਹਿਲਾਂ ਵੀ ਬਥੇਰੇ ਸੀ ਤੇ ਹੁਣ ਵੀ ਬਥੇਰੀਆਂ ਉਂਗਲਾਂ ਲਾਉਂਦੇ ਆ ਜੀ। ਸੱਚੀਆਂ ਹੀ ਲਾਉਂਦੇ ਆ ਜੀ, ਉਂਗਲਾਂ ਕੌਣ ਲਾਉਂਦਾ ਖਾਰਾ, ਬਾਕੀ ਲੋਕਾਂ ਦੀ ਗੱਲ ਕਹਿੰਦੇ ਹੁੰਦੇ ਸੱਚ ਹੋ ਜਾਂਦੀ ਹੁੰਦੀ ਆ, ਸੱਚ 'ਚ ਜਿਹੜੀਆਂ ਗੱਲਾਂ ਹੁੰਦੀਆਂ ਉਹ ਸੱਚ ਹੁੰਦੀਆਂ। ਅੱਛਾ, ਲੋਕ ਤਾਂ ਸੱਚ ਕਹਿੰਦੇ ਆ, ਜਿਹੜਾ ਮਾਂ ਪਿਓ ਸਾਨੂੰ ਪੜਾਉਂਦਾ ਉਹ ਗਲਤ ਆ। ਹੈਂ, ਭੂਆ ਲੱਗ ਜੂਗਾ ਪਤਾ, ਸਾਰਾ ਕੁਝ ਲੱਗ ਜੂਗਾ ਪਤਾ, ਅੱਖਾਂ ਸਾਹਮਣੇ ਆਊਗਾ। ਕਹਿੰਦੇ ਹੁੰਦੇ ਨੇ, ਕਹਿੰਦੇ ਜਿਹੜੀਆਂ ਗੱਲਾਂ ਆਪਾਂ ਇੱਕ ਵਾਰੀ ਮੂੰਹ 'ਚੋਂ ਕੱਢਤੀਆਂ ਉਹ ਮੁੜਦੀਆਂ ਤਾਂ ਹੈ ਨਹੀਂ ਆ, ਉਹ ਸਾਰਾ ਕੁਝ ਪਤਾ ਲੱਗ ਜੂਗਾ। ਤੇ ਆਪਾਂ ਐਂ ਕਹਿ ਦਈਏ ਵੀ ਹਾਂ ਪਿੱਛੇ ਪਿੱਛੇ ਕੋਈ ਗੱਲਬਾਤ ਕਰਤੀ ਤੇ ਉਹ ਬੰਦੇ ਨੂੰ ਪਤਾ ਨਹੀਂ ਲੱਗਦੀ, ਸਾਰਾ ਕੁਝ ਹੀ ਲੱਗਦਾ। ਬਾਕੀ ਕੋਈ ਗੱਲ ਨਹੀਂ, ਤੁਸੀਂ ਪੀਓ ਚਾਹ ਭਾਈ, ਠੀਕ ਹੈ। ਜਿਵੇਂ ਪਿੱਛੇ ਗੱਲ ਕਰਤੀ ਵੇਖ ਲੈ ਮਨਿੰਦਰ, ਤੈਨੂੰ ਮੈਂ ਕਿਹਾ ਸੀ ਨਾ ਜਦੋਂ ਤੂੰ ਮੈਨੂੰ ਫੋਨ ਕੀਤਾ ਵੀ ਗੱਲ ਹੈਗੀ ਆ, ਇਹਨਾਂ ਦੇ ਢਿੱਡ 'ਚ ਪੱਕਾ ਹੈਗੀ ਆ। ਉਹ ਤਾਂ ਭੂਆ ਦੱਸ ਦੇਣੀ ਹੈਗੀ ਨਾ, ਆ ਗੱਲਾਂ ਦਾ ਪਤਾ ਲੱਗੀ ਜਾਂਦਾ ਨਾ ਇਹਨਾਂ ਦੀਆਂ ਤਾਂ। ਜੀ ਮਾਂ ਕੋਲ ਜੀ ਆਂਦੀ ਬਾਈ ਨਹੀਂ ਦੱਸਦੇ ਗੱਲ, ਤੁਸੀਂ ਤਾਂ ਸਿਆਣੇ, ਤੁਸੀਂ ਤਾਂ ਦੱਸ ਹੀ ਸਕਦੇ ਹੋ। ਬਾਈ ਦਾ ਗੁੱਸਾ ਹੋਊਗਾ ਕਿਤੇ ਨਾ ਕਿਤੇ, ਉਹ ਆਪਾਂ ਸੁਧਾਰ ਲਾਂਗੇ ਜਿਵੇਂ ਵੀ ਗੱਲ ਹੋਈ। ਉਹੀ ਤਾਂ ਗੱਲ, ਉਹ ਬੁਲਬੁਲ ਗੱਲ ਪਤਾ ਕੀ ਆ, ਜੇ ਗੁੱਸਾ ਤਾਂ ਗੱਲ ਤਾਂ ਹੀ ਹੋਈ ਜਦੋਂ ਗੱਲ ਹੀ ਨਹੀਂ ਹੋਈ, ਤੇਰੇ ਸਾਹਮਣੇ ਤਾਂ ਕਿਹਾ ਮੈਂ ਵੀ ਕੋਈ ਗੱਲਬਾਤ ਨਹੀਂ ਹੋਈ। ਤੁਹਾਨੂੰ ਬੁੜੀਆਂ ਨੂੰ ਨਾ ਉਹੀ ਵਹਿਮ ਹੋ ਗਿਆ, ਤੁਸੀਂ ਨਿੱਕੀ ਨਿੱਕੀ ਗੱਲ ਦਾ ਵਹਿਮ ਕਰ ਲੈਂਦੇ ਹੋ। ਉਹ ਕਈ ਵਾਰੀ ਬੰਦੇ ਦਾ ਕੋਈ ਦਿਮਾਗ ਨਹੀਂ ਸੈੱਟ ਹੁੰਦਾ, ਕੋਈ ਨੁਕਸਾਨ ਹੋ ਜਾਂਦਾ। ਰੋਟੀ ਦਾ ਕੀ ਆ, ਰੋਟੀ ਕਿੱਡੀ ਗੱਲ ਹੈ, ਮੁੱਦਾ ਬਣਾ ਰੱਖਿਆ ਤੁਸੀਂ ਸਾਰਿਆਂ ਨੇ ਰਲ ਕੇ। ਮੈਂ ਤਾਂ ਤੁਹਾਨੂੰ ਇਹੀ ਮੱਤ ਦਿੰਦੀ ਪੁੱਤ ਵੀ ਜੁੜ ਕੇ ਰਹੋ। ਅੱਜ ਕੱਲ ਜੇ ਆ ਕੇ ਦੋ ਭਰਾ ਜੁੜਿਆ ਤਾਂ ਦੋ ਬਾਹਾਂ ਨੇ, ਨਹੀਂ ਕੱਲੇ ਨੂੰ ਕੋਈ ਤੂੜੀ ਦੀ ਪੰਡ ਨਹੀਂ ਚਕਾਉਂਦਾ। ਹਾਂ ਹਾਂ ਕੋਈ ਨੀ ਭੂਆ ਜੀ, ਜੁੜੇ ਹੀ ਆ, ਤੂੰ ਚਾਹ ਪਾਣੀ ਪਿਆ ਬਲਬਲ ਭੂਆ ਅਰਗਨ, ਚੰਗਾ ਸਮਝਦੇ ਮੇਰੀ ਗੱਲ। ਹਾਂਜੀ ਹਾਂਜੀ ਕੋਈ ਨੀ, ਸਮਝੀ ਪਈ ਆ ਗੱਲ, ਟਾਈਮ ਤੇ ਲੱਗ ਜੂ ਪਤਾ ਕੌਣ ਸਮਝਦਾ ਰਹਾ ਕੌਣ ਨਹੀਂ। ਆ ਗੱਲ ਉਹ ਕਹਿ ਕੇ ਟੱਪ ਗਿਆ ਨਾ, ਇਹਨਾਂ ਨੂੰ ਹੋਇਆ ਕੀ ਹੈ ਮਾਰੇ ਸਮਝ ਆਉਂਦੀ। ਭੂਆ ਜੀ ਇਹੀ ਤਾਂ ਸਮਝ ਨਹੀਂ ਆ ਰਿਹਾ ਹੈਗਾ, ਹੋਇਆ ਕੀ ਹੈ, ਜੇ ਕਿਸੇ ਨਾਲ ਲੜਾਈ ਹੋਈ ਆ ਉਹ ਵੀ ਆ ਕੇ ਦੱਸਣ, ਆਪਸ ਚ ਕਹਿੰਦੇ ਅਸੀਂ ਚੰਗੇ ਭਲੇ ਬੋਲਦੇ, ਸਾਡੇ ਚ ਕੋਈ ਗੁੱਸਾ ਗਿਲਾ ਨਹੀਂ ਹੈਗਾ। ਭੂਆ ਜੀ ਇਹਨਾਂ ਦੇ ਬੋਲਣ ਦੇ ਤਰੀਕੇ ਤੋਂ ਪਤਾ ਲੱਗਦਾ ਨਾ ਵੀ ਗੱਲ ਹੈਗੀ ਹੈ। ਲੱਗਦਾ ਪੁੱਤ ਲੱਗਦਾ, ਮੈਨੂੰ ਤਾਂ ਇਹ ਲੋਕਾਂ ਦੀਆਂ ਉਂਗਲਾਂ ਤੇ ਚੜੇ ਲੱਗਦੇ ਆ, ਇਹਨਾਂ ਨੂੰ ਕਿਸੇ ਨੇ ਪੁੱਠੀ ਭਰਤੀ ਦੇਤੀ, ਕਿਵੇਂ ਨਾ ਕਿਵੇਂ ਦੋਨੇ ਭਰਾ ਪਾੜ ਜਾਣ, ਏਕਾ ਖਤਮ ਹੋ ਜਾਵੇ ਤਾਂ ਕੁਛ। ਭੂਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਅੱਡ ਹੋ ਗਏ। ਚੱਲ ਪੁੱਤ ਇਹਨਾਂ ਚ ਦੋਨਾਂ ਭਰਾਵਾਂ ਚ ਵਿਚ ਕਿਵੇਂ ਮਰਜ਼ੀ ਤੂੰ ਕੁਲਦੀਪ ਨੂੰ ਸਮਝਾਈ ਭਾਈ, ਕਾਸ਼ ਨੂੰ ਸਮਝਾਈ, ਠੀਕ ਹੈ। ਜੇ ਤੁਸੀਂ ਠੰਡਾ ਛਿੜਕੋ ਤਾਂ ਫਰਕ ਹੋ ਸਕਦਾ, ਕਿਸੇ ਨੇ ਕੋਈ ਇਹੋ ਜਿਹੀ ਗੱਲ ਦੋਨਾਂ ਦੇ ਦਿਮਾਗ ਚ ਬਿਠਾਤੀ ਹੋਵੇ ਜਿਹੜਾ ਇੱਕ ਦੂਜੇ ਨਾਲ ਰੁਸਤੇ ਫਿਰਦੇ ਅੰਦਰੋਂ ਅੰਦਰ ਹੀ। ਇਹ ਤਾਂ ਹੈ ਭੂਆ, ਜਦ ਦੁਬਾਰੇ ਗੱਲ ਕਰਕੇ ਦੇਖਾਂਗੇ ਆਪਾਂ, ਹਨਾ। ਚਲ ਭੂਆ ਜੀ ਆ ਜਾਓ ਅੰਦਰ।
ਚੱਲ ਆਉਂਦੀ ਆ। ਉਹ ਤਾਂ ਹੈਗੀ ਨਾ ਇਹਨਾਂ ਦੇ ਮੂੰਹ ਦੇਖ ਕੇ, ਇਹ ਕਹਿੰਦੇ ਆ ਕੁਛ ਹੋਇਆ ਨੀ ਦੇਖ ਲਾ। ਉੱਤੋਂ ਮੈਨੂੰ ਫਿਕਰ, ਮੈਂ ਜਦੋਂ ਫੋਨ ਸੁਣ ਲਿਆ ਮੈਂ ਉਸੇ ਟਾਈਮ ਆਖਾ ਜਾਵਾਂ। ਇਹੀ ਕੰਮ ਹੋਣਾ ਚਾਹੀਦਾ ਮੇਰੇ ਸਾਲੇ ਦੀ, ਜਿੰਨਾ ਚਿਰ ਉਹਨਾਂ ਦੇ ਵਿਹੜੇ ਚ ਪਟੜ ਜਾਏ 5 ਇੰਚੀ ਵੱਜਦੀ ਨੀ ਮੈਨੂੰ ਸੁੱਖ ਦੀ ਰੋਟੀ ਨੀ ਮਿਲਦੀ, ਮੈਂ ਸੌ ਨੀ ਸਕਦਾ ਸੁੱਖ ਦੀ ਨੀਂਦ। ਬਾਪੂ ਗੱਲ ਆਏ ਆ ਵੀ ਜਦ ਤੂੰ ਮੇਰਾ ਪਿਓ ਆ ਤੇਰੇ ਆਖੇ ਮੈਂ ਕੰਮ ਤਾਂ ਕਰੀ ਜਾਂਦਾ, ਪਰ ਤੂੰ ਮੈਨੂੰ ਐਂ ਤਾਂ ਦੱਸ ਦੇ ਵੀ ਚਾਹੁੰਦਾ ਕੀ ਆ ਤੂੰ, ਕਾਸ ਤੋਂ ਚਾਹੁੰਦਾ ਵੀ ਉਹ ਦੋ ਭਰਾਵਾਂ ਚ ਫਰਕ ਪੈ ਜੇ। ਦੱਸਾਂ ਤੈਨੂੰ ਅਸਲੀ ਗੱਲ, ਤੇ ਜੇ ਦੱਸੇਗਾ ਬਾਪੂ ਫੇਰ ਹੀ ਪਤਾ ਲੱਗੂ, ਫੇਰ ਹੀ ਮੈਂ ਜਿੰਦ ਜਾਣ ਲਾਊ ਕੰਮ ਤੇ। ਉਹਨਾਂ ਦੋਨਾਂ ਕਿੰਨਾ ਪਿਆਰਾ ਦੇਖਿਆ ਤੈ, ਮੈਂ ਕਿਹਾ ਇੱਕ ਦੂਜੇ ਤੋਂ ਜਾਣ ਦਿੰਦੇ ਆ ਜਾਣ, ਆਈ ਮੈਂ ਤੇ ਤੇਰਾ ਚਾਚਾ ਇੱਕ ਦੂਜੇ ਤੋਂ ਜਾਣ ਦਿੰਦੇ ਸੀ। ਤੇ ਫੇਰ ਆਪਣੀ ਆ ਗਈਆਂ ਵੋਟਾਂ ਪੰਚਾਇਤ ਦੀਆਂ ਜਿਵੇਂ ਹੁਣ ਮੂਹਰੇ ਆ ਰਹੀਆਂ। ਅੱਛਾ, ਉਧਰੋਂ ਤੇਰਾ ਚਾਚਾ ਖੜ ਗਿਆ, ਉਧਰੋਂ ਇਹਨਾਂ ਦਾ ਪਿਓ ਖੜ ਗਿਆ, ਜ਼ੋਰ ਲੱਗਿਆ ਹੋਇਆ ਸੀ ਪੂਰਾ ਦੋਨੇ ਧਿਰਾਂ ਦਾ, ਗਏ ਗਰਦਮਾ ਮੇਰਾ ਹੀ ਸਾਲੇ ਦੇ 2 ਕਿੱਲੇ ਵੀ ਚੱਕੇ ਗਏ ਆਪਣੇ ਤਾਂ ਇਹ ਕੰਮ ਚ। ਅੱਛਾ ਹਾਂ, ਵੋਟ ਦੀ ਜਾਂ ਹਿਸਾਬ ਲਾ ਲਿਆ ਜਿੰਨੇ ਪਿੰਡ ਦੀ 90 ਪੈਸੇ ਵੋਟ ਆਪਣੇ ਕਹਿਣੀ ਸੀ। ਮੇਰੇ ਸਾਲੇ ਨੇ ਇਹਨਾਂ ਨੇ ਕੀ ਕਰਿਆ ਬੇਈਮਾਨਾਂ ਨੇ ਤੇਲੂਆ, ਤੇਰਾ ਚਾਚਾ ਮਾਰਤਾ ਮੇਰੇ ਸਾਲੇ ਇਹਨਾਂ ਨੇ, ਇਹਦੇ ਪਿਓ ਹੋਰਾਂ ਨੇ ਵੋਟਾਂ ਤੋੜਲੀ ਹੋਇਆ ਮੇਰੇ ਸਾਲੇ ਦਾ, ਮੇਰੇ ਤਾਂ ਉਹ ਬਰੋਲਾ ਬਣਿਆ ਪਿਆ ਅੰਦਰ, ਮੈਂ ਆਈ ਦੇਖਣਾ ਵੀ ਇਹ ਜਿਵੇਂ ਸਾਨੂੰ 2 ਭਾਈਆਂ ਨੂੰ ਅੱਡ ਕਰਿਆ ਸੀ ਨਾ, ਉਹਨੂੰ ਤਾਂ ਮਾਰ ਕੇ ਕਰਿਆ, ਇਹ ਮੇਰੇ ਸਾਲੇ ਜਾਉਂਦੇ ਜੀ ਹੁਣ ਇਹਨਾਂ ਨੂੰ ਫੇਰ ਤੜਫਣਾ ਪਤਾ ਲੱਗੇ ਤੇਲੂਆ, ਫੇਰ ਤੜਫਣਾ ਪਤਾ ਲੱਗੇ, ਉਹਦੇ ਪਿਓ ਤਾਂ ਦੇਖਣ ਵਾਲਾ ਹੈ ਨੀ ਹੁਣ, ਇਹਨਾਂ ਨੂੰ ਤਾਂ ਪਤਾ ਅਹਿਸਾਸ ਹੋਵੇ ਨਾ ਵੀ ਹਾਂ ਅਸੀਂ ਕੀ ਕਰਿਆ। ਬਾਪੂ ਗੱਲ ਆਏ ਆ ਮੇਰੀ ਗੱਲ ਸੁਣ, ਹਾਂ 27-28 ਸਾਲ ਦਾ ਤਾਂ ਮੈਂ ਹੋ ਗਿਆ, ਹਾਂ ਤੇ ਅੱਜ ਤੱਕ ਕਦੇ ਤੂੰ ਸੋ ਨੀ ਕੱਢੀ ਵੀ ਚਾਚੇ ਨੂੰ ਮਰਵਾਇਆ ਸੀ ਕਿਸੇ ਨੇ, ਤੁਸੀਂ ਤਾਂ ਕਹਿ ਦਿੰਦੇ ਹੋ ਢਿੱਲਾ ਹੋ ਗਿਆ ਸੀ। ਮੈਨੂੰ ਐ ਸੀ ਵੀ ਵੋਟਾਂ ਵੇਲੇ ਪਾਉ ਪੜਾਕਾ ਮੈਂ, ਹੁਣ ਤੁਖਤਾ ਬਣੂ ਕੋਈ। ਬਾਪੂ ਇਹ ਤਾਂ ਗੱਲ ਤੇਰੀ ਜਮਾਂ ਸਹੀ ਆ, ਜੇ ਫਿਰ ਇਹ ਗੱਲ ਆ ਫਿਰ ਤਾਂ ਆਪਣਾ ਬਦਲਾ ਲੈਣਾ ਬਣਦਾ, ਬਦਲਾ ਲੈਣਾ ਬਣਦਾ ਜੇ ਤੂੰ ਇਹ ਕੰਮ ਕਰਦੇ ਨਾ, ਮਾਂ ਦਾ ਪੁੱਤਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇ, ਫਿਰ ਐਂ ਕਰ ਹੀਰਾ ਬਣ ਜੇ ਤੂੰ ਮੇਰੇ ਵਾਸਤੇ, ਮੇਰੀ ਗੱਲ ਸੁਣ ਲਾ, ਹਾਂ ਹੈ ਹਾਂ, ਫਿਰ ਐਂ ਕਰ ਕੰਧ ਨਾ ਕੜਾ, ਫਿਰ ਤਾਂ ਬਦਲਾ ਪਾਉਂ ਵੀ ਲੈ ਜੇ ਇਹਨਾਂ ਨੇ ਆਪਾਂ ਨੂੰ ਮਾਰਿਆ ਸੀ ਨਾ, ਮਾਰ ਕੇ ਬੰਦੇ ਮਾਰ ਕੇ ਨੂੰ ਕੀ ਪਤਾ ਲੱਗੇ ਸਾਲੇ, ਇਹ ਅੱਛਾ ਡਾਈ ਜਾਣਗੇ ਤਾਂ ਤੈਨੂੰ ਜਿਹੜੀ ਗੱਲ ਦੱਸੀ ਆ ਮੇਰੇ ਸਾਲੇ ਮੂੰਹ ਕਮਾ ਕੇ ਪਹਿਣਾ। ਚੱਲ ਫਿਰ ਐਂ ਕਰ, ਅੱਜ ਤੇਰੇ ਨਾਲ ਜਵਾਬ ਦੇ ਨਿਆਉਲੇ ਵਾਲਾ ਇਹ ਕੰਮ ਹੋ ਜੇ ਪੰਜਾਬ, ਮੰਨ ਜੂ ਤੈਨੂੰ ਤੇ ਲਵਾ ਕੰਮ ਕਰਦੇ ਅੱਜ ਤੇਰੇ ਨਾਲ ਜਵਾਨ ਆ ਬਾਪੂ, ਹਾਂ ਠੀਕ ਆ, ਜਿਹੜੀ 2 ਗਈ ਆ ਜੇ ਉਹਦੀ 4 ਨਾਲ ਲਈ ਬਸ ਠੀਕ, ਠੀਕ ਆ ਠੀਕ ਆ, ਤੇ ਇਹਨਾਂ ਦੇ ਵਿਚਾਲੇ ਜਮਾਈ ਤਾਂ ਅੰਬੂਜਾ ਸੀਮੈਂਟ ਨਾਲ ਕੰਧ ਨਿਕਲੂ, ਅੰਬੂਜਾ ਸੀਮੈਂਟ ਨਾਲ ਜਿਹੜੀ ਟੁੱਟਦੀ ਵੀ ਨਹੀਂ ਮੁੜ ਕੇ, ਚਲੋ ਤਾਂ ਫੇਰ ਆਵੇ ਜ਼ਮੀਨ ਤਾਂ ਚਾਹੇ ਇਹਨਾਂ ਦਾ ਇੱਕ ਪਾਸਾ ਹੋ ਜੇ, ਜ਼ਮੀਨ ਤਾਂ ਕੀਲਾ ਚਾਹੇ ਹੋਰ, ਮੈਨੂੰ ਜ਼ਮੀਨ ਦੀ ਪਰਵਾਹ ਨਹੀਂ ਹੈਗੀ, ਪਰ ਪਰਵਾਹ ਦੀ ਮੇਰੇ ਭਾਈ ਦੀ, ਮੇਰੇ ਸਾਡੇ ਦਾ ਹੀਰੇ ਵਰਗਾ ਭਾਈ ਮੇਰਾ ਇਹ ਬੇਈਮਾਨਾਂ ਨੇ ਮਾਰਤਾ, ਬੇਈਮਾਨਾਂ ਨੇ ਬਾਤ ਤੂੰ ਬਾਪੂ ਹੁਣ ਟੈਨਸ਼ਨ ਛੱਡ ਦੇ ਫਿਰ, ਹੈ ਆ ਜਾ ਇਹ ਟੈਨਸ਼ਨ ਆ ਇੱਧਰ, ਇਹਨਾਂ ਦੇ ਕੰਨ ਨਿਕਲ ਗਏ ਜੇ ਮੈਂ ਦੂਜੇ ਦਿਨ ਹੀ ਮਰ ਜਾ, ਮੈਨੂੰ ਆਪਦੀ ਜ਼ਿੰਦਗੀ ਦੀ ਪਰਵਾਹ ਨਹੀਂ, ਮੈਂ ਆਪਦਾ ਸਿਲਾ ਸੀਤ ਜੂ, ਪਰ ਤੂੰ ਬੇਫਿਕਰਾ ਹੋ ਕੇ ਪ੍ਰਾਪਤਿਕਾ ਸੁਣ ਕੇ ਬੇਫਿਕਰਾ ਜਮਾ ਮੈਂ ਬੈਠਾ ਪਹਿਲਾਂ ਕਰਨਾ, ਠੀਕ ਆ ਹੁਣ ਫਿਰ ਮੈਂ ਦੇਖੀ ਕੀ ਕੀ ਦਿਖਾਉਣਾ ਇਹਨਾਂ, ਠੀਕ ਆ ਚੰਗਾ, ਚਲ ਤੂੰ ਇੱਥੇ ਅੜਕਣਾ ਜਾਈ, ਚੰਗਾ ਚੰਗਾ ਸਾਲਾ, ਇਹਨੂੰ ਵੀ ਨੀ ਕਿਸੇ ਬਣ ਪੱਤਰ ਲਾ ਕੇ ਗਏ ਤਾਂ ਕਰੇ ਚੱਜ ਨਾਲ ਹੀ ਕਰਦਾ, ਕੋਈ ਕੰਮ ਨੀ ਪੂਰੇ ਬੰਦੇ ਦੀ, ਕੋਈ ਕੰਮ ਚ ਤਾਂ ਪੂਰੀ ਪੈ ਜਾਏ। ਤੇਲੂ ਉਹ ਤੇਲੂ ਕਿਹੜਾ ਮੈਂ ਗਾਂ ਹੀ ਲੰਘਿਆ, ਮੈਂ ਆ ਜਾ ਚਾ, ਤੇਲੂ ਕਿੱਥੇ ਆ ਕਿਹੜਾ ਤੂੰ, ਅੱਛਾ ਹੋਰ ਕਿਵੇਂ ਮਲਾ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹੋਰ ਠੀਕ ਹੈ, ਹੋਰ ਤੰਦਰੁਸਤ ਹੋ, ਕਿਰਪਾ ਬਸ ਜਿਹੜਾ ਟਾਈਮ ਲੱਗੀ ਜਾਂਦਾ ਬਸ
ਹੋਰ ਦੱਸ। ਮੈਂ ਕਹਿੰਦਾ ਕਿਉਂ ਟੱਕਰਾ ਮਾਰੀ ਇਹਨੂੰ ਇੱਥੇ, ਉਹ ਤੇਲੂ ਕਿੱਧਰ ਗਿਆ, ਢੱਠੇ ਵਰਗਾ ਪਾ ਰੱਖਿਆ ਓਏ ਉਸੇ ਢੱਠੇ ਨੂੰ ਕਿਹਾ ਸੀ ਮੈਂ ਕਰਜਾ, ਫੋਨ ਜਾ ਗਿਆ ਪਤਾ ਨੀ ਕਿਹਦਾ ਆ ਗਿਆ ਕਿਹਦਾ ਨਾ, ਇੱਥੇ ਹੀ ਛੱਡ ਗਿਆ ਵਿਚਾਰੇ। ਯਾਰ ਹੁਣ ਤੂੰ ਇੱਥੇ ਇਕੱਲਾ ਖਾਵੀ ਜਾਂਦਾ, ਮੈਂ ਤਾਂ ਉਹਨੂੰ ਨਾਲ ਲੈ ਕੇ ਜਾਣਾ ਸੀ ਕੰਮ। ਕਿੱਧਰ ਜਾਣਾ ਤਾਂ ਮੈਨੂੰ ਵੀ ਰਹਿ ਜਾ ਚਾਚਾ, ਤਾਂ ਇੱਥੋਂ ਕਿੱਥੇ ਕੰਮ ਹੋਊ, ਥੋੜਾ ਜਿਹਾ ਜ਼ੋਰ ਦਾ ਕੰਮ ਹੈਗਾ। ਜ਼ੋਰ ਤਾਂ ਬਾਈ ਫਿਰ ਹੈ ਨੀ, ਜ਼ੋਰ ਤਾਂ ਪਹਿਲੀ ਲਾ ਗਏ ਸੀ, ਹੁਣ ਜ਼ੋਰ ਨੀ ਲਿਆ। ਉਹ ਨਹੀਂ ਨਹੀਂ ਚਾਚਾ, ਸਾਡੇ ਨਾਲ ਤਾਂ ਤੂੰ ਤਕੜਾ ਪਿਆ, ਟੱਕਰਾਂ ਮਰੀ ਨਾ ਸੀ ਭਾਣਾ, ਨਵੇਂ ਲੀੜੇ ਪਾ ਕੇ ਤੁਰੇ ਫਿਰਦੇ ਆ ਲੈ। ਤੂੰ ਤਾਂ ਫਿਰ ਆਉਣਾ ਵੱਡੇ ਬੰਦੇ ਹੋ ਭਾਈ, ਫਿਰ ਉਹਦਾ ਫਰਕ ਪੈ ਜਾਂਦਾ ਨਾ, ਹੈ ਓਏ ਤੇਰੇ ਬਾਪ ਤੇ ਮੜੰਗਾ ਪੈਂਦਾ ਤੇਰਾ। ਹਾਂ ਕਹਿੰਦਾ ਪਿੰਡ ਵੀ ਕਹਿੰਦਾ, ਸਾਰਾ ਪਿੰਡ ਵੀ ਕਹਿੰਦਾ, ਮੈਂ ਤਾਂ ਉਹਦੇ ਨਾਲ ਰਿਹਾ, ਮੈਨੂੰ ਤਾਂ ਹੁਣ ਸਾਰੀ ਗੱਲ ਦਾ ਪਤਾ ਹੈ, ਤੁਹਾਡੇ ਵਾਲੇ ਦੂਜੇ ਦਾ, ਤੇਰੀ ਬੀਬੀ ਤੇ ਪੈਂਦਾ। ਹਾਂ ਇਹੀ ਗੱਲ ਕਈ ਬੰਦਿਆਂ ਨੇ ਕਹੀ ਆ ਮੈਨੂੰ, ਉਹ ਤਾਂ ਬਣਦੀ ਤਾਂ ਵਧੀਆ ਤੁਹਾਡੀ ਦੋਨੇ ਭਾਈਆਂ ਦੀ। ਹਾਂ ਹਾਂ ਵਧੀਆ ਪੂਰੀ, ਗਹਿ ਗੱਟਵੀ ਬਣਦੀ ਆ। ਤੇਰਾ ਨਾਮ ਕੀ ਸੀ? ਮੈਂ ਨਾਮ ਭੁੱਲ ਗਿਆ ਯਾਰ, ਮੇਰਾ ਨਾਮ ਤਾਂ ਕਾਕਨਾ ਕੁਲਦੀਪ ਆ। ਦੋ ਨਾਮ ਮੇਰੇ, ਕਾਕਨਾ ਹੈਗਾ ਨਾਮ ਹੀ ਬੜਾ ਵੱਡਾ ਰੱਖੀ ਪਤਾ ਹੈ, ਕਾਕਨਾ ਕੁਲਦੀਪ। ਝੇੜ ਕਰਦਾ ਨਾ, ਝੇੜ ਕਰਨ ਦੀ ਆਦਤ ਗਈ ਨੀ ਤੇਰੀ। ਨਹੀਂ ਇਹਦਾ ਮੈਂ ਹੋਰ ਗੱਲ ਕਹਿੰਦੀ ਕਾਕਨਾ, ਜਿਹੜਾ ਬੰਦਾ ਤੂੰ ਆ ਯਾਰ, ਤੂੰ ਆ ਦਿਲ ਦਾ ਸਾਫ਼, ਕਿਉਂ ਬੰਦੇ ਦਾ ਪਤਾ ਹੀ ਲੱਗ ਜਾਂਦਾ ਜਵਾਕ ਚੱਲੇ ਦਾ। ਹੁਣ ਇਸੇ ਉਮਰ ਚੋਂ ਹੀ ਅਸੀਂ ਗਿਆ, ਇਸੇ ਚ ਹੁਣ ਤੁਸੀਂ ਹੋ, ਸਾਫ਼ ਲਾ ਲੈ ਵੀ ਤੂੰ ਐ ਬੰਦਾ ਦਿਲ ਦਾ ਸਾਫ਼ ਆ, ਜਿਹੜਾ ਤੁਹਾਡੇ ਵਾਲਾ ਯਾਰ ਉਹ ਥੋੜਾ ਜਿਹਾ ਤੇਰੇ ਨਾਲ ਕਰਦਾ ਧੱਕਾ, ਇਹ ਤੈਨੂੰ ਵੀ ਪਤਾ ਹੋਊ ਗੱਲ ਦਾ। ਤੈਨੂੰ ਕਿਹਨੇ ਦੱਸੀ ਇਹ ਗੱਲ? ਗੱਲ ਸੱਚੀ ਹੈ ਤਾਂ ਦੱਸੀ, ਝੂਠੀ ਹੈ ਤਾਂ ਵੀ ਦੱਸੀ। ਉਹ ਚਾਚਾ ਥੋੜਾ ਜਿਹਾ ਨਾ ਪਹਿਲਾਂ ਤਾਂ ਨਹੀਂ ਕਰਦਾ ਸੀ, ਹੁਣ ਲੱਗ ਗਿਆ, ਹੁਣ ਥੋੜੇ ਚੱਕਰ ਘਟਾ ਗਿਆ। ਮੇਰਾ ਸਾਲਾ ਬੇਈਮਾਨ ਹੈ, ਦਿਲ ਦਾ ਬੰਦਾ ਉਹ, ਮੈਨੂੰ ਕਿਸੇ ਬੰਦੇ ਨੇ ਦੱਸੀ ਇਹ ਗੱਲ, ਕਹਾਂ ਨਾ ਗੱਲ ਕਰੀ ਕਿਵੇਂ? ਉਹ ਤਾਂ ਐਂ ਸੋਚਦਾ ਵੀ ਮੇਰੇ ਸਾਲੇ ਨੂੰ ਇਹਨੂੰ ਮਾਰਦਾ, ਇਹਦੇ ਵਾਲਾ ਹਿੱਸਾ ਮੈਨੂੰ ਆਜੂ। ਉਹ ਨਹੀਂ ਨਹੀਂ ਚਾਚਾ, ਇੱਡੀ ਗੱਲ ਕਿੱਥੇ ਯਾਰ, ਨਹੀਂ ਕਿਹਦੀ ਸੌਂ ਖਾਵਾਂ ਲਿਆ। ਉਹ ਨਹੀਂ ਉਹ ਨਹੀਂ ਨਹੀਂ ਆਏ ਨਾ ਕਰ, ਮੇਰੀ ਗੱਲ ਸੁਣ, ਝੇੜ ਦੀ ਗੱਲ ਝੇੜ ਨਾ ਰਹਿ ਗਈ, ਕੋਈ ਗੱਲ ਬੰਦਿਆਂ ਲਈ ਕਰ ਮੇਰੇ ਨਾਲ। ਪਾਣੀ ਦੀ ਚੂਲੀ ਭਰਾ। ਓਹੋ ਪਾਣੀ ਦੀ ਚੂਲੀ ਭਰ ਲਈ, ਕਦੇ ਕੁਛ ਕਰ ਲਿਆ ਤਾਂ ਫਾਇਦਾ ਹੀ ਨੀ ਕੋਈ। ਫਿਰ ਤੈਨੂੰ ਯਕੀਨ ਮੈਂ ਹੁਣ ਯਾਰ ਆ ਉਮਰ ਝੂਠ ਬੋਲ ਕੇ ਮੈਨੂੰ ਕੀ ਮਿਲੂ ਪਹਿਲਾਂ ਦੱਸ। ਨਹੀਂ ਮੈਂ ਤਾਂ ਐਂ ਕਹਿਣਾ ਬੌਲਿਆ, ਤੂੰ ਆਪਦੇ ਭੋਲੇ ਪਣ ਚ ਆਪਦਾ ਝੱਗਾ ਨਾ ਚੌੜ ਕਰਾ ਲਈ, ਕਿਤੇ ਤੇਰਾ ਬਾਂਦਰ ਲੰਡਾ ਹੋ ਜਾਏ, ਮੈਂ ਤਾਂ ਇਹ ਗੱਲ ਕਹਿਣਾ ਤੈਨੂੰ। ਉਹ ਚਾਚਾ ਯਾਰ ਗੱਲ ਪਤਾ ਕੀ ਆ, ਗੌਰ ਜੀ ਮੈਂ ਵੀ ਪਈ ਆ, ਪਹਿਲਾਂ ਤਾਂ ਅਸੀਂ ਖਾਂਦੇ ਹੁੰਦੇ ਰੋਟੀ ਇਕੱਠੇ, ਫੇਰ ਹੁਣ ਭੈਣ ਨਾਲ ਲੈ ਕੇ ਰੋਟੀ ਵੀ ਅੰਦਰ ਵੜ ਜਾਂਦਾ, ਮੈਂ ਕਹਿੰਦਾ ਪੈਕ ਪੁੱਕ ਲਾਉਂਦੇ ਸੀ, ਫੇਰ ਢੰਡ ਕੇ ਚੁੱਪ ਕਰਦੇ ਕੰਮ, ਚੋਣ ਆ ਭਾਈ ਚੋਣ ਆ, ਇਹਨੂੰ ਵੀ ਰੇਗੀ ਜਾਂਦੀ ਆ ਯਾਰ, ਤੇ ਤੂੰ ਮੇਰਾ ਸਾਲਾ ਕਰਦਾ ਜਿਹੜੇ ਕੰਮ ਕਰਦਾ ਭੱਜ ਗਿਆ ਹੁਣ। ਹਾਂ ਮੇਰੀ ਗੱਲ ਸੁਣ, ਹਾਂ ਤੇ ਹੁਣ ਮੈਂ ਉਹਦੇ ਸਾਧਨ ਸੂਧਨ ਨੂੰ ਵੀ ਇੱਕ ਵਾਰੀ ਕਿਹਾ ਵੀ ਆ ਜਾ ਪੈਕ ਪੁੱਕ ਲਾਉਣੇ ਨਾਲ, ਹਾਂ ਕੰਨੀ ਕਤਰਾਉਂਦਾ ਅੱਡ ਜਾਣ ਲੱਗ ਗਿਆ ਮੈਥੋਂ। ਫੇਰ ਉਹੀ ਗੱਲ ਆ, ਇਹ ਜਦੋਂ ਫਰਕ ਪੈਂਦਾ ਹੁੰਦਾ ਮੇਰਾ ਸ਼ੇਰਾ, ਛੋਟੀ ਛੋਟੀ ਗੱਲ ਤੇ ਪੈ ਜਾਂਦਾ ਹੁੰਦਾ। ਨਹੀਂ ਗੱਲ ਸਹੀ, ਜੇ ਹੁਣ ਕਿਤੇ ਪਾੜ ਪੈਂਦਾ ਮਾੜੀ ਜੀ, ਇੰਨੀ ਕੁ ਬਿਲ ਆਉਂਦੀ ਆ ਮੇਰੇ ਸਾਡਾ ਵੱਡਾ ਖੁੱਲਦਾ ਘਰ ਆ, ਆਖਰ ਨੂੰ ਜੇ ਪਹਿਲਾਂ ਮਾੜੀ ਮੋਟੀ ਆ ਫੇਰ ਵੱਧਦਾ ਕੰਮ। ਬਾਕੀ ਤਾਂ ਮੈਂ ਤੈਨੂੰ ਐਂ ਕਹਿਣਾ ਵੀ ਆਪਾਂ ਤਾਂ ਨੀ ਚਾਹੁੰਦੇ ਪਈ ਕਿਸੇ ਦਾ ਭੈਣ ਭਾਈ ਅੱਡ ਹੋਵੇ ਕਿਸੇ ਦੇ ਵਿਚਾਲੀ ਕੰਧ ਨਿਕਲੇ, ਮੈਂ ਤਾਂ ਤੈਨੂੰ ਐਂ ਕਹਿਣਾ ਸਾਡੇ ਨਾਲ ਬਣੀਆਂ ਨੇ, ਅਸੀਂ ਦੁਨੀਆਂ ਤੇ ਦੇਖੀਆਂ ਨੇ, ਸਾਡੀ ਉਮਰ ਹੋ ਗਈ, ਉਹੀ ਨੀ ਕਹਿਣਾ ਮੈਂ। ਨਹੀਂ ਵੀ ਵੀਰ ਬਣ ਕੇ ਮੇਰਾ ਸ਼ੇਰ ਆਖਰ ਨੂੰ ਹੱਥ ਮਾਰ ਕੇ, ਤੇ ਤੂੰ ਉਈ ਨਾ ਰਹੀ ਜੀ ਬੋਲਿਆ, ਮੈਂ ਸਾਨੂੰ ਕੱਖ ਪਾਉਂਦਾ ਕੱਲੇ ਹੀ ਕਿਤੇ ਸਾਰਾ ਕੁਛ ਹੂਜਾ ਮਾਰ ਕੇ ਉਲਾਈ ਜੀ। ਚਾਚਾ ਗੱਲ ਪਤਾ ਕੀ ਹੈ, ਆਪਾਂ ਦੇਣੇ ਆ ਜਿੰਨਾ ਚਿਰ ਚੱਲਦਾ ਗੱਲਾਂ, ਇਹ ਮੈਨੂੰ ਕਈ ਬੰਦਿਆਂ ਨੇ ਇੱਕ ਦੋ ਨੇ ਹੋਰ ਵੀ ਕਹਿ ਤੇ, ਤੇ ਬਾਕੀ ਤੂੰ ਵੀ ਦੁਨੀਆਦਾਰੀ ਦੇਖੀ, ਤੂੰ ਵੀ ਆਪਦਾ ਮੈਨੂੰ ਗਲਤ ਰਾਇ ਥੋੜੀ ਦੇਵੇਂਗਾ। ਮੈਂ ਤਾਂ ਬੰਦੇ ਦੀ ਤੋੜ ਦੇਖ ਕੇ ਦੱਸਦਾ ਵੀ ਇਹਦੇ ਦਿਮਾਗ 'ਚ ਚੱਲਦਾ ਕੀ ਹੈ। ਕਹਿੰਦਾ ਨਹੀਂ ਤੂੰ ਕੀ ਕਹਿਣਾ ਹੁਣ, ਮੈਂ ਤਾਂ ਐਂ ਕਹਿਣਾ ਵੀ ਤੂੰ ਵਧੀਆ ਰਹੇਂਗਾ, ਉਹਦਾ ਪਾਸਾ ਵੱਟ ਲੈ, ਹੁਣ ਤਾਂ ਸਹਿਮਤੀ ਨਾਲ ਕੁਛ ਦੋ ਕਿਲੜੀਆਂ ਆ ਵੀ ਜਾਣਗੀਆਂ, ਕੱਲ ਕੱਲਾ ਨੂੰ ਇੱਥੇ ਕਿਸੇ ਨੇ ਹੋਰ ਕੁਛ ਹੋਰ ਬੰਝ ਗੱਡਤਾ ਜਾਂ ਤੈਨੂੰ ਹੀ ਕੁਛ ਕਰਤਾ, ਫਿਰ ਜਮੀ ਤੇਰੇ ਜਵਾਕ ਰੁੜ ਜਾਣਗੇ। ਚਾਚਾ ਯਾਰ ਮੈਂ ਤਾਂ ਅੱਜ ਤੱਕ ਜਵਾਕ ਪਾਲਣ ਜੋਗਾ ਤਾਂ ਰਹੇਗਾ ਹੁਣ, ਉਹ ਤਾਂ ਤੇਰੀ ਗੱਲ ਮੈਂ ਪਾਲੀ ਕਰਨ ਚ, ਮੈਂ ਤਾਂ ਅੱਜ ਤੱਕ ਯਾਰ ਕਦੇ ਹਿਸਾਬ ਨੀ ਮੰਗਿਆ, ਕਦੇ ਉਹਨੂੰ ਆਏ ਨੀ ਕਿਹਾ ਮੇਰੇ ਨਾਲ ਖੇਤ ਚੱਲ, ਖੇਤ ਤਾਂ ਮੈਂ ਤੁਰਿਆ ਫਿਰਦਾ ਆਪਦਾ ਯਾਰ ਸ਼ੈਲੇ ਤਾਂ ਬਾਲੀ ਗੱਲ ਕੀ ਕਰਦਾ, ਗੱਲ ਸੱਚੀ ਆ ਤਾਂ ਦੱਸੀ ਵੀ ਮੈਂ ਤਾਂ ਐਂ ਸੁਣਿਆ ਵੀ ਜੇ ਕਿਤੇ ਉਂ ਭੋਗ ਪੱਪੇ ਤੇ ਜਾਂਦਾ 150 ਰੁਪਇਆ ਤੂੰ ਉਹ ਤੋਂ ਮੰਗਣਾ ਤੇ ਹੋਰ, ਉਹ ਬੌੜਾ ਕਿਉਂ ਹੋਇਆ, ਲਿਆ ਲਿਆ ਘਰੇ ਛਿੱਟੀ ਜਾਂਦਾ, ਜਦੋਂ ਮੰਗਦਾ ਤਾਂ ਉਹ ਤੋਂ ਮੰਗਦਾ, ਤੇਰੇ ਦਿਮਾਗ ਨੂੰ ਕੀ ਹੋ ਗਿਆ ਮਾੜਾ ਮੋਟਾ ਸਿਆਣਾ ਬਣ, ਉਹ ਮੈਂ ਤਾਂ ਪਿਓ ਆਪਦੀ ਕਬੀਲਦਾਰੀ ਆਪ ਚੱਕ, ਮੈਂ ਤਾਂ ਪਿਓ ਮੰਨੀ ਬੈਠਾ ਉਹਨੂੰ ਯਾਰ, ਜਦੋਂ ਮਰ ਗਿਆ ਮੇਰਾ ਪਿਓ ਉਸ ਤੋਂ ਬਾਅਦ ਮੈਂ ਤਾਂ ਕਹਿਣਾ ਵੀ ਉਹੀ ਆ ਮੇਰਾ ਯਾਰ।
ਉਹ ਤਾਂ ਕੋਈ ਪਿਓ ਨੀ ਮੰਨਦਾ, ਉਹ ਤਾਂ ਤੈਨੂੰ ਇੱਕ ਤਰ੍ਹਾਂ ਦਾ ਵੈਰੀ ਮੰਨਦਾ ਸਭ ਤੇ। ਚੱਲ ਕੋਈ ਨਾ, ਬਸ ਤੂੰ ਇਹ ਗੱਲ ਤੇ ਗੌਰ ਕਰੀ, ਮੈਂ ਤਾਂ ਤੈਨੂੰ ਐਂ ਕਹਿਣਾ। ਚੱਲ ਕੋਈ ਨੀ ਚਾਚਾ, ਮੈਂ ਗੌਰ ਕਰੂੰਗਾ। ਕਹਾਂ ਨਾ ਦੱਸੀ ਕਿਸੇ ਨੂੰ? ਉਹ ਨਹੀਂ ਨਹੀਂ, ਆਪਣੇ ਇੱਕ ਜਿੱਥੇ ਗੱਲ ਪਾਲੀ ਬਸ ਇੱਥੇ ਛੱਡਤੀ ਆਪਾਂ। ਗੌਰ ਨਾ ਛੱਡੀ ਨਹੀਂ, ਇਹਨੂੰ ਬੰਨ ਲੈ ਲੜਨ ਵਾਲਾ, ਇਹ ਗੱਲ ਕੰਮ ਦੀ ਆ, ਛੱਡਣ ਵਾਲੀ ਗੱਲ ਨੀ ਹੈਗੀ ਇਹ। ਕੱਲ ਕੱਲਾ ਨੂੰ ਜੀ ਨੁਕਸਾਨ ਆ ਗਿਆ, ਔਖਾ ਹੋ ਜੂ ਪੁੱਤ, ਮੈਂ ਤਾਂ ਤੈਨੂੰ ਐਂ ਕਹਿਣਾ। ਲੋਤੀਆਂ ਤਾਂ ਮੇਰੇ ਸਾਲੇ ਦੇ ਦਾਤੀਆਂ, ਜੇ ਮੀਣਾ ਜਾ ਮੰਨੂ, ਬਣਾਈ ਤਾਂ ਕਰੀ ਆ ਤਕੜੀ, ਹੱਲ ਤਾਂ ਨੀ ਬਣਾਈ ਤੋਂ ਸਕਦਾ। ਬਾਕੀ ਦੇਖੋ ਨਜ਼ਾਰਾ, ਅਜੇ ਮੇਰਾ ਸਾਲਾ ਸੌ ਲੱਗੇ, ਦੁੱਗਣੀ ਦਾਰੂ ਪਿਉਂ ਸਾਰੇ ਪਿੰਡ ਨੂੰ, ਇਹਨਾਂ ਦਾ ਇੱਕ ਪਾਸਾ ਹੋ ਜਾਏ ਦੋਨੇ ਭਾਈਆਂ ਦਾ। ਉਹ ਬਾਲਟੀ ਚੱਕ ਲਿਆ ਗੋਰੇ ਯਾਰ, ਦੇਖੀ ਗੱਲ ਆ ਕੋਈ ਇਹ ਯਾਰ, ਹੈ ਆ ਸਪਰੇ ਦਾ ਟਾਕੇ ਪਾ ਲਏ ਤੇ ਯਾਰ ਕੜਦੇ ਟੁੱਟੀ, ਐਵੇਂ ਨਕਲੀ ਸੀਗੀ ਯਾਰ, ਆਹ ਕੱਢ ਤੂੰ ਕੱਖ ਜੇ, ਹੈ ਹੱਥਾਂ ਨਾਲ ਪੱਟ ਕੇ ਕੱਢ, ਨਿਕਲਣ ਵੀ ਇਹ ਪਿਓ ਨਿਕਲਦੇ ਨਹੀਂ ਚਾਚਾ, ਨਿਕਲ ਦੇ ਕਿਉਂ ਨਹੀਂ ਯਾਰ, ਸਬਜ਼ੀ ਤਾਂ ਉਹਦੀ ਤਰ੍ਹਾਂ ਬਣਾ ਕੇ, ਅੱਜ ਆਹ ਬਣਾਓ ਆਹ ਬਣਾਓ। ਆਪਣੇ ਕਾਹਲੀ ਚ ਮੈਂ ਗੋਰੇ, ਸਪਰੇ ਲਿਆ ਕੇ ਦੇਣੀ ਆ, ਕੋਈ ਨੀ ਲਿਆ ਤੂੰ ਅੰਦਰ ਵਗ ਜਾ ਜਵਾਕ, ਆਪਾਂ ਜਮਿਆ ਫੀਸ ਜੀ ਆਪੇ ਭਰ ਸਕਦੇ, ਕੋਈ ਨੀ ਆਪਣੇ ਵੱਲ ਨੂੰ ਸਾਂਭਲਾ ਤੂੰ, ਕੀ ਲੈਣਾ ਬਸ ਲੜਦੇ ਨੀ ਗੁਰਿਆ, ਇਹ ਤਾਂ ਊਂ ਸੁਭਾਅ ਕੀ ਗੱਲ ਕਹੀ ਆ ਯਾਰ, ਹੁਣ ਮੇਰੀ ਗੱਲ ਸੁਣ, ਉਹਨਾਂ ਦਾ ਜਵਾਕ ਆ, ਜੇ ਉਹੀ ਨਾਲ ਸਾਂਭ ਸਵਾਲ ਕਰਾਂਗੇ ਕਿਵੇਂ ਪਤਾ ਲੱਗੂਗਾ? ਕੁਛ ਨੀ ਹੁੰਦਾ, ਜਾ ਤੂੰ ਆਪਣਾ ਕੰਮ ਕਰ, ਸਾਨੂੰ ਗੱਲ ਕਰਨ ਗੁਰੇ, ਆ ਕੱਖ ਕੱਢ ਯਾਰ, ਹਾਂ ਕੋਈ ਨੀ ਲਿਆ ਦੇਣਾ, ਲਿਆ ਦੂੰਗਾ। ਦੇਖ ਲਾ ਮਨਿੰਦਰ, ਅਜੇ ਕਹਿੰਦੇ ਕੋਈ ਗੱਲ ਨੀ, ਗੱਲ ਤਾਂ ਪੁੱਤ ਕੋਈ ਜ਼ਰੂਰ ਹੈ, ਇੰਨਾ ਫਰਕ ਇਹਨਾਂ ਦਾ ਐਵੇਂ ਨੀ ਪਿਆ ਨਾਲੇ। ਲਾਡੀ ਬਾਲਾ ਕਰੀ ਜਾਂਦਾ, ਹਜੇ ਕੁਲਦੀਪ ਨੀ ਬੋਲਦਾ, ਭੂਆ ਪਤਾ ਇਹਨੂੰ ਕੀ ਹੋਇਆ ਕੀ ਨਹੀਂ, ਲੱਗਦਾ ਅੱਗੇ ਵੀ ਜਵਾਕਾਂ ਦੀ ਫੀਸ ਭਰ ਕੇ ਆਉਂਦੇ ਸੀਗੇ, ਅੱਗੇ ਜਿਹੜਾ ਕੰਮ ਜਿਹੜੇ ਨੂੰ ਦਿੱਤਾ ਪਿਆ ਸੀ ਉਹੀ ਕਰਦਾ ਸੀ, ਹੁਣ ਆਹ ਕੀ ਗੱਲ ਹੋਈ, ਤੇਰੇ ਜਵਾਕ ਦਾ ਨੀ ਮੈਂ ਭਰਦਾ, ਮੇਰੇ ਦਾ ਨਾ ਤੂੰ ਭਰੀਏ, ਦੋ ਬਾਲਾ ਕਿੱਧਰੋਂ ਆ ਗਿਆ ਗੱਲਾਂ, ਤੇਰੇ ਮੇਰ ਆ ਗਈ ਭੂਆ ਇਹਨਾਂ ਚ, ਮੈਨੂੰ ਲੱਗਦਾ ਹੁਣ ਬਾਲਾ ਟਾਈਮ ਇਕੱਠੇ ਰਹਿਣਗੇ ਇਹ, ਕੀ ਪਤਾ ਮੈਨੂੰ ਤਾਂ ਆਪ ਦੇਖ ਦੇਖ ਬਲਾਈ ਘਬਰਾਹਟ ਹੋਈ ਜਾਂਦੀ ਆ, ਮੇਰੇ ਤਾਂ ਮਨ ਚ ਆਈ ਸੀ ਵੀ ਹੇ ਪਰਮਾਤਮਾ, ਜਿਹੋ ਜਿਹੇ ਮੈਨੂੰ ਭਤੀਜੇ ਦਿੱਤੇ ਇਹੋ ਜਿਹੇ ਸਭ ਨੂੰ ਦੇਈ, ਵੀ ਦੋਨਾਂ ਨੂੰ ਬਾਹਲੀ ਮੱਤ ਹੈ, ਆਹ ਤਾਂ ਮੈਂ ਦੇਖੇ ਨੀ ਸਰੂਪ ਇਹਨਾਂ ਦਾ, ਇਹ ਤਾਂ ਸਗੋਂ ਸਾਨੂੰ ਲੜਦੇ ਸੀ ਵੀ ਸਾਨੂੰ ਕੋਈ ਸ਼ਿਕਾਇਤ ਨੀ ਆਉਣੀ ਚਾਹੀਦੀ, ਵੀ ਦਰਾਣੀ ਜਠਾਣੀ ਲੜਨਾ ਨੀ, ਅਸੀਂ ਤਾਂ ਇੰਨਾ ਏਕਾ ਕਰਕੇ ਰੱਖਦੀਆਂ ਤੇ ਆਪ ਹੁਣ ਇਹ ਕੁਛ ਕਰੀ ਜਾਂਦੇ ਆ। ਸਹੀ ਗੱਲ ਹੈ ਭਾਈ, ਗੱਲ ਤਾਂ ਕੋਈ ਜ਼ਰੂਰ ਹੈਗੀ, ਐਵੇਂ ਤਾਂ ਨੀ ਇੱਥੋਂ ਤੱਕ ਆਈ, ਉਹੀ ਤਾਂ ਗੱਲ ਆਪਣੇ ਕੋਲ ਹੀ ਨੀ ਗੱਲ ਕਰਦੇ, ਹੌਲੀ ਦੇਖ ਲਈ ਭੂਆ ਫਰਕ ਪਊਗਾ ਇਹਨਾਂ ਚ, ਇਹਨੂੰ ਨੀ ਪਤਾ ਭਲਾ ਕੀ ਪਤਾ ਭੂਆ, ਇਹ ਤਾਂ ਸਿਧਰਾ ਜਿਹਾ ਹੈਗਾ, ਅਸੀਂ ਪੁੱਛਿਆ ਸੀ ਇਹਨੂੰ, ਪੁੱਛ ਲੈਂਦੇ ਹਾਂ ਕੋਈ ਨੀ, ਕਈ ਵਾਰੀ ਕੋਈ ਗੱਲ ਚ ਉਰਾ ਆ ਪੁੱਤ, ਇੱਥੇ ਮੇਰੀ ਗੱਲ ਸੁਣ, ਪੁੱਤ ਤੈਨੂੰ ਕਿਸੇ ਗੱਲ ਦਾ ਪਤਾ,
ਨਾ ਚਾਚੀ ਮੈਨੂੰ ਤਾਂ ਨਹੀਂ ਪਤਾ ਕਹੇ ਗੱਲ ਦਾ ਕਮਲਿਆ ਚਾਚੀ ਕਾਹਨੂੰ ਆ ਭੂਆ ਹੈਗੀ ਆਪਣੀ ਓਹੋ ਭੂਆ ਹਾਂ ਮੈਨੂੰ ਨਹੀਂ ਪਤਾ ਹੈ ਇਹ ਤਾਂ ਆਮ ਆਈ ਲੱਗਦਾ ਇਹਨਾਂ ਨੇ ਇਹੋ ਜਿਹਾ ਕਰਤਾ ਭੂਆ ਇਹਨਾਂ ਨੇ ਕਾਹਨੂੰ ਕਰਤਾ ਇਹ ਤਾਂ ਪਹਿਲਾਂ ਹੀ ਇਹੋ ਜਿਹਾ ਇਹ ਤਾਂ ਜੋ ਛੋਟਾ ਹੁੰਦਾ ਸੀ ਉਹਦੇ ਸੱਟ ਸੁੱਟ ਲੱਗ ਗਈ ਸੀ ਮੰਮੀ ਦੱਸਦੀ ਆ ਉਦੋਂ ਤੇ ਆਏ ਆ ਬਸ ਇੰਨਾ ਵੀ ਕੰਮ ਖਿੱਚ ਕੇ ਕਰ ਕਿਸੇ ਗੱਲ ਦਾ ਵੀ ਨੀ ਪਤਾ ਆਪਦੇ ਕੰਮ ਤੱਕ ਹੀ ਮਤਲਬ ਆ ਨਾ ਤੈਨੂੰ ਕਿੰਨੇ ਵਾਰੀ ਕਹਿ ਤੇ ਤੇਰੀ ਭੂਆ ਹਰੇਕ ਨੂੰ ਚਾਚੀ ਕਹਿਣ ਲੱਗ ਜਾਣਾ ਉਹ ਭਾਬੀ ਨਹੀਂ ਪਤਾ ਲੱਗਦਾ ਕਦੇ ਕਦੇ ਮੈਨੂੰ ਭੁੱਲ ਜਾਂਦਾ ਤੁਹਾਨੂੰ ਦੱਸਿਆ ਤਾਂ ਹੈਗਾ ਬਿਜਲੀਆਂ ਲੱਗੀਆਂ ਸੀ ਮੇਰੇ ਮੈਂ ਤੂੰ ਗੱਲ ਇੱਕ ਤੈਨੂੰ ਗੱਲ ਦੱਸਦੀ ਆ ਚੱਲ ਕੋਈ ਜਿਹੜਾ ਕੁਛ ਹੋਣਾ ਸੀ ਹੋ ਗਿਆ ਤੂੰ ਮਾੜਾ ਜਿਹਾ ਫਿਰ ਵੀ ਗੌਰ ਰੱਖੀ ਚੰਗਾ ਹੁਣ ਕਾਦੀ ਤੂੰ ਚਾਹਣਾ ਵੀ ਦੋਨੇ ਭਰਾ ਅੱਡ ਅੱਡ ਹੋ ਜਾਣਾ ਦੱਸ ਪਹਿਲਾਂ ਮੈਨੂੰ ਤਾਂ ਕੀ ਆ ਇਕੱਠੇ ਰਹਿਣ ਦੇ ਅੱਡ ਅੱਡ ਹੋ ਜਾਣਾ ਵੀ ਤੂੰ ਹੁਣ ਨਿਗਾਹ ਰੱਖਣੀ ਆ ਵੀ ਇਹਨਾਂ 'ਚ ਕੀ ਗੱਲ ਹੁੰਦੀ ਹੈ ਕਾਹ ਤੋਂ ਐਂ ਕਰਦੇ ਸਨ ਤੇ ਕੋਈ ਗੱਲ ਨਹੀਂ ਦੱਸਦੇ ਘਰੇ ਚੰਗਾ ਮੈਂ ਤੂੰ ਮੈਂ ਦੇਖੂੰਗਾ ਹਾਂ ਚੱਲ ਚੱਲ ਤੂੰ ਕਰ ਲੈ ਕੰਮ ਮੇਰੀ ਗੱਲ ਸੁਣ ਉਹ ਜਿਹੜਾ ਕਾਲਾ ਉੱਥੇ ਖੇਤ ਆਉਂਦਾ ਹੁੰਦਾ ਇਹਨਾਂ ਕੋਲੇ ਹਾਂ ਭੂਆ ਉਦਾਂ ਆਉਂਦਾ ਮੈਨੂੰ ਲੱਗਦਾ ਕਦੇ ਨਾ ਕਦੇ ਕਾਲਾ ਜਿਹਾ ਮੁੰਡਾ ਹਾਂ ਪੱਕੇ ਜਿਹੇ ਰੰਗ ਦਾ ਆਉਂਦਾ ਤੈਨੂੰ ਮੈਂ ਦੱਸਿਆ ਪਿੱਟ ਨੇ ਉਸੇ ਦੇ ਪਾਏ ਹੋਏ ਹੈ ਉਹ ਪਹਿਲਾਂ ਵੀ ਸਾਡੀਆਂ ਜੜਾਂ ਚ ਦਾਤੀਆਂ ਪਾਉਂਦੇ ਰਹੇ ਆ ਜਿੰਨਾ ਚਿਰ ਤਾਂ ਚੱਲੀਆਂ ਨੀ ਉਹਨਾਂ ਚਿਰ ਤਾਂ ਪਾਸੇ ਰਹੇ ਹੁਣ ਉਹਨੂੰ ਪਤਾ ਵੀ ਹੁਣ ਸਾਡਾ ਫਾਹ ਪੈ ਜੂਗਾ ਹੁਣ ਫੇਰ ਰਲਦੇ ਆ ਵਿੱਚੋਂ ਭੂਆ ਕੀ ਹੱਲ ਕਰਕੇ ਫਿਰ ਇਸ ਗੱਲ ਦਾ ਜਿੰਨਾ ਚਿਰ ਮੇਰਾ ਪਿਓ ਜਿਉਂਦਾ ਸੀ ਨਾ ਫਰਕਣ ਨਹੀਂ ਸੀ ਦਿੱਤਾ ਇਹਨਾਂ ਨੂੰ ਵੱਟ ਤੇ ਉਹਨਾਂ ਚਿਰ ਹੀ ਸਾਡਾ ਘਰ ਵਸਿਆ ਸੀ ਆਹ ਹੁਣ ਵਿੱਚ ਵੜ ਗਿਆ ਬਸ ਉਹ ਆ ਕੇ ਮੈਨੂੰ ਪਤਾ ਤੇਰੀ ਮਾਂ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਬਸ ਕੋਈ ਨਾ ਹੁਣ ਮੈਂ ਕਰਦੀ ਆ ਲਾਡੀ ਨਾਲ ਗੱਲ ਵੀ ਤੂੰ ਮੁੜ ਕੇ ਕਾਲੇ ਨਾਲ ਰਲਣਾ ਨਹੀਂ ਉਹਦੀਆਂ ਗੱਲਾਂ ਤੇ ਕਿਸੇ ਗੱਲਾਂ ਤੇ ਯਕੀਨ ਨਹੀਂ ਕਰਨਾ ਹੈਗਾ ਆਪ ਦਾ ਘਰ ਕਿਉਂ ਪਾੜੀ ਜਾਂਦੇ ਕਿਸੇ ਪਿੱਛੇ ਕਾਲਾ ਕਿਹੜਾ ਕਹਿੰਦੇ ਤੁਸੀਂ ਮੈਨੂੰ ਕਾਲੇ ਦਾ ਨਹੀਂ ਪਤਾ ਲੱਗਿਆ ਬਈ ਮੈਂ ਆਪ ਹੀ ਦੱਸੀ ਆ ਨਾ ਵੀ ਉੱਥੇ ਆਉਂਦਾ ਖੇਤ ਉਹਨਾਂ ਕੋਲ ਅੱਛਾ ਉਹ ਕਾਲੇ ਰੰਗ ਦਾ ਮੈਂ ਮੁੰਡਾ ਹੈਗਾ ਨਾ ਹੈਗਾ ਤਾਂ ਉਹੀ ਜੇ ਤੂੰ ਜਾਣਦਾ ਕਾਲਾ ਹੈ ਅੱਛਾ ਨਾ ਵੀ ਕਾਲਾ ਰੰਗ ਵੀ ਕਾਲਾ ਕੰਮ ਵੀ ਕਾਲਾ ਕੰਮ ਕਰ ਲੈ ਮਸੇ ਦਰਾਗਾ ਇਹੀ ਲੈ ਕੇ ਆਏ ਸਕੁਲਦੀਪ ਕਹਿੰਦਾ ਹੁਣ ਕੰਮ ਕਰਨ ਕੰਮ ਤਾਂ ਹਰ ਇੱਕ ਕਰ ਦਿੰਦਾ ਕੰਮ ਨੂੰ ਤਾਂ ਜਮਾਂ ਜਵਾਬ ਨਹੀਂ ਦਿੰਦਾ ਪਰ ਵਿਚਾਰਾ ਥੋੜਾ ਪਹਿਲਾਂ ਤੂੰ ਆਏ ਮੈਂਟਲ ਜਾ ਮੈਨੂੰ ਲੱਗਦਾ ਇਹਨੂੰ ਜਿਵੇਂ ਹੁਣ ਆਪਾਂ ਕੋਲੇ ਗੱਲਾਂ ਬਾਤਾਂ ਕਰਦੇ ਇਹਦੀ ਸੁਰਤ ਨਹੀਂ ਹਨਾ ਗੱਲਾਂ ਬਾਤਾਂ ਦੀ ਇਹਨੂੰ ਕਿਸੇ ਗੱਲ ਦਾ ਨਹੀਂ ਪਤਾ ਇਹਨਾਂ ਤਾਂ ਪਹਿਲਾਂ ਕਿਹਨੂੰ ਚਾਚੀ ਕਹਿਣਾ ਕਿਹਨੂੰ ਭਾਬੀ ਕਹਿਣਾ ਚਾਹ ਤੂੰ ਉਹਨੂੰ ਹੁਣ ਆਏ ਕਹਿ ਦੇ ਕਾਸ਼ ਨੂੰ ਕਹਿ ਜਦੋਂ ਹੁਣ ਮੁੰਡੇ ਤੇਰੇ ਦੀ ਫੀਸ ਭਰਨ ਜਾਊਗਾ ਭਰਿਆ ਘਰੇ ਫਰਕ ਨਹੀਂ ਪਾਈਦਾ ਹੁੰਦਾ ਚੱਲ ਕਰਦੀਆਂ ਗੱਲ ਆਹੋ ਐਵੇਂ ਮਾੜੇ ਮਾੜੇ ਨਾਲ ਸਰੀਕਾ ਵੱਧ ਜਾਂਦਾ ਹੁੰਦਾ ਪੁੱਤ ਕੋਈ ਨਾ ਹਾਂ ਕਰਦੀਆਂ ਗੱਲ ਫਿਰ ਅੱਡੋ ਅੱਡੀ ਚੁੱਲ੍ਹੇ ਹੋ ਜਾਣਗੇ ਅੱਡੋ ਅੱਡੀ ਖਰਚਾ ਹੋ ਜੂ ਕੀ ਖੱਟੋਗੇ ਫਿਰ ਜਵਾਕ ਪੜਾਉਣ ਤੋਂ ਵੀ ਜਾਓਗੇ ਵੇਖ ਲਾ ਲੈ ਇਹਨੂੰ ਸੀਰੀ ਰਲਾਈ ਬੈਠਿਆ ਜਿਹਨੂੰ ਭੋਰਾ ਸੋਹਣੀ ਗੀ ਦੇਖ ਲੋ ਲੋ ਮੈਨੂੰ ਵੀ ਕਮਲਾ ਕਮਲਾ ਕੋਈ ਨਾ ਕਮਲਾ ਦਾ ਆਪ ਆਏ ਇਹਨੂੰ ਆਏ ਨੀ ਪਤਾ ਵੀ ਤੇਲੂ ਆ ਕੇ ਕਾਲਾ ਕੌਣ ਕੀ ਫਰਕ ਆ ਦੇਖ ਕੌਣ ਸਮਝਾਵੇ ਇਹਨਾਂ ਨੂੰ ਯਾਰ ਐਵੇਂ ਮੈਂ ਤਾਂ ਉਹੀ ਫਸ ਗਿਆ ਇਹਨਾਂ ਦੇ ਆ ਕੇ ਇੰਨਾ ਸਿਆਣਾ ਸੀ ਇਹਨਾਂ ਨੇ ਮੈਨੂੰ ਕਮਲਾ ਕਰਤਾ ਇੱਥੇ ਆਹ ਬੈਂਗਣ ਵੀ ਸੁਣਦੀ ਖਾ ਗਈ ਨਾ ਕੋਈ ਸਪਰੇ ਲੈ ਕੇ ਦਿੰਦੇ ਐਂ ਨੀ ਪਤਾ ਇਹ ਜੇ ਮੈਂ ਕਹਿੰਦਾ ਵੀ ਸਪਰੇ ਲੈ ਕੇ ਦੁਆ ਪੀ ਜਾਣ ਲੜਕੇ ਕਮਲੇ ਵਾਲੇ ਬੰਦੇ ਆ ਇਹ ਵਾਲੇ ਕਮਲੇ ਬੰਦੇ ਆ